ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਸਾਇੰਸ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਜਿਹੜੇ ਕਿ FCI ਵਾਚਮੈਨ ਦਾ ਪੇਪਰ ਦੇਣ ਵਾਲੇ ਸਟੂਡੈਂਟਸ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੇ ਨੇ ਇਸ ਕੁਸ਼ਨ ਸਿਰਫ FCI ਹੀ ਨਹੀਂ ਬਲਕਿ ਜੇਕਰ ਤੁਸੀਂ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਵੇਗੀ ਕਿਉਂਕਿ ਸਾਰੇ ਹੀ ਕੁਐਸਚਨ ਅਲਗ-ਅਲਗ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਹਾਂਜੀ ਰਿਪੀਟਡ ਕੁਐਸਚਨ ਕਲੈਕਟ ਕਰਨ ਦੇ ਲਈ ਬਹੁਤ ਜ਼ਿਆਦਾ ਪਹਿਲਾਂ ਤਾਂ ਸਮਾਂ ਲੱਗਿਆ ਇਸ ਪੀਡੀਐਫ ਨੂੰ ਬਣਾਉਣ ਦੇ ਲਈ ਉਸ ਤੋਂ ਬਾਅਦ ਮੇਰੇ ਕੋਲ 300 ਪਲੱਸ ਕੁਐਸਚਨਸ ਹੋ ਗਏ ਸੀ ਸਾਇੰਸ ਦੇ ਜਿਹੜੇ ਕਿ PDF ਦੇ ਵਿੱਚ ਐਡ ਕਰਨੇ ਸੀ ਇਸ ਵਜ੍ਹਾ ਕਰਕੇ ਮੈਂ ਆਪਸ਼ਨਸ ਐਡ ਨਹੀਂ ਕਰ ਸਕੀ ਕਿਉਂਕਿ ਕੁਐਸਚਨ ਬਹੁਤ ਜ਼ਿਆਦਾ ਸੀ ਤੇ ਹੋ ਸਕਦਾ ਇਸ ਵਿੱਚ ਵੀਡੀਓ ਦੇ ਵੀ ਦੋ ਪਾਰਟ ਬਣ ਜਾਣ ਜੇਕਰ ਟਾਈਮ ਹੋਇਆ ਤਾਂ ਅਸੀਂ ਵੀਡੀਓ ਪੂਰੀ ਬਣਾਵਾਂਗੇ ਠੀਕ ਹੈ ਜੀ ਫੁੱਲ ਵੀਡੀਓ ਬਣਾਵਾਂਗੇ 300 ਪਲੱਸ ਐਮਸੀਕਿਊ ਦੀ ਜੇਕਰ ਨਾ ਹੋਇਆ ਨਾ ਬਣ ਪਾਏ ਤਾਂ ਇਸ ਵੀਡੀਓ ਦੇ ਦੋ ਪਾਰਟ ਕਰ ਦਿੱਤੇ ਜਾਣਗੇ ਜੇਕਰ ਵੀਡੀਓ ਜਿਆਦਾ ਲੰਬੀ ਹੁੰਦੀ ਹੋਈ ਠੀਕ ਹੈ ਇਸ ਕਰਕੇ ਹਰ ਇੱਕ ਕੁਐਸਚਨ ਬਹੁਤ ਜਿਆਦਾ ਇੰਪੋਰਟੈਂਟ ਹੈ ਨਾ ਸਿਰਫ ਐਫਸੀਆਈ ਬਲਕਿ ਹਰ ਇੱਕ ਜੌਬ ਦੇ ਨਾਲ ਰਿਲੇਟਡ ਕਿਉਂਕਿ ਸਾਰੇ ਹੀ ਕੁਐਸਚਨ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟਡ ਨੇ ਹੁਣ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੇਕਰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਜਿਆਦਾ ਸ਼ਰਾਬ ਪੀਣ ਨਾਲ ਸਰੀਰ ਦਾ ਕਿਹੜਾ ਹਿੱਸਾ ਖਾਸ ਤੌਰ ਤੇ ਪ੍ਰਭਾਵਿਤ ਹੁੰਦਾ ਹੈ ਹਾਂਜੀ ਜਿਆਦਾ ਸ਼ਰਾਬ ਪੀਣ ਦੇ ਨਾਲ ਸਰੀਰ ਦਾ ਜਿਗਰ ਹਿੱਸਾ ਵਾ ਜਿਹੜਾ ਉਹ ਸਭ ਤੋਂ ਜਿਆਦਾ ਪ੍ਰਭਾਵਿਤ ਹੁੰਦਾ ਹੈ ਕੁਐਸਚਨ ਨੰਬਰ 2 ਸਰੀਰ ਵਿੱਚ ਬਲੱਡ ਬੈਂਕ ਦਾ ਕੰਮ ਕਿਹੜਾ ਅੰਗ ਕਰਦਾ ਹੈ ਹਾਂਜੀ ਸਰੀਰ ਦੇ ਵਿੱਚ ਬਲੱਡ ਬੈਂਕ ਦਾ ਕੰਮ ਪੇਮੈਂਟ ਸਪਲੀਨ ਕਰਦਾ ਹੈ ਠੀਕ ਹੈ ਮੈਂ ਇਹਦੇ ਨਾਲ ਤੁਹਾਨੂੰ ਇੰਪੋਰਟੈਂਟ ਕੋਈ ਵੀ ਫੈਕਟ ਨਹੀਂ ਦੱਸਾਂਗੀ ਕਿਉਂਕਿ ਕੁਐਸਚਨ ਬਹੁਤ ਜ਼ਿਆਦਾ ਨਹੀਂ ਸਾਡੇ ਕੋਲ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਹਾਂਜੀ ਕੁਐਸਚਨ ਨੰਬਰ 3 ਹਰੇ ਪੌਦਿਆਂ ਵਿੱਚ ਪ੍ਰਕਾਸ਼ ਸੰਸਲੇਸ਼ਨ ਦੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਹਰੇ ਪੌਦਿਆਂ ਦੇ ਵਿੱਚ ਪ੍ਰਕਾਸ਼ ਸੰਸਲੇਸ਼ਨ ਦੀ ਇਕਾਈ ਨੂੰ ਕੁਆਂਟਾਸਮ ਕਿਹਾ ਜਾਂਦਾ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਸਰੀਰ ਵਿੱਚ ਚਿੱਟੇ ਰਕਤਾਣੂਆਂ ਦਾ ਮੁੱਖ ਕੰਮ ਕੀ ਹੈ ਹਾਂਜੀ ਸਰੀਰ ਦੇ ਵਿੱਚ ਚਿੱਟੇ ਰਕਤਾਣੂਆਂ ਦਾ ਮੁੱਖ ਕੰਮ ਸਰੀਰਕ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣਾ ਠੀਕ ਹੈ ਬਾਈਟ ਬਲੱਡ ਸੈੱਲ ਬਾਈਟ ਬਲੱਡ ਸੈੱਲ ਜੇਕਰ ਆਪਣੇ ਸਰੀਰ ਦੇ ਵਿੱਚ ਇਹਨਾਂ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਬਲੱਡ ਕੈਂਸਰ ਹੋ ਜਾਂਦਾ ਠੀਕ ਹੈ ਇਹ ਵੀ ਤੁਸੀਂ ਧਿਆਨ ਚ ਰੱਖਣਾ ਨੈਕਸਟ ਕੁਐਸਚਨ ਮਨੁੱਖੀ ਸਰੀਰ ਵਿੱਚ ਲਹੂ ਤੋਂ ਅਣਚਾਹੀ ਪਦਾਰਥਾਂ ਨੂੰ ਵੱਖ ਕਰਨ ਦਾ ਕੰਮ ਕਿਹੜਾ ਅੰਗ ਕਰਦਾ ਹੈ ਹਾਂਜੀ ਮਨੁੱਖੀ ਸਰੀਰ ਦੇ ਵਿੱਚ ਲਹੂ ਤੋਂ ਅਣਚਾਹੀ ਪਦਾਰਥਾਂ ਨੂੰ ਵੱਖ ਕਰਨ ਦਾ ਕੰਮ ਕਿਡਨੀ ਕਰਦੀ ਹੈ ਠੀਕ ਹੈ ਨੈਕਸਟ ਕੁਐਸਚਨ ਡਾਇਨਾਮੋ ਦਾ ਕੰਮ ਕੀ ਹੈ ਹਾਂਜੀ ਡਾਇਨਾਮੋ ਦਾ ਕੰਮ ਆ ਊਰਜਾ ਤੋਂ ਬਿਜਲੀ ਊਰਜਾ ਦਾ ਉਤਪਾਦਨ ਨੈਕਸਟ ਕੁਐਸਚਨ ਪਿੰਚ ਬਲੈਂਡੀ ਤੋਂ ਕਿਹੜਾ ਰੇਡੀਓ ਐਕਟਿਵ ਤੱਤ ਪ੍ਰਾਪਤ ਕੀਤਾ ਗਿਆ ਸੀ ਹਾਂਜੀ ਪਿੰਚ ਬਲੈਂਡੀ ਤੋਂ ਰੇਡੀਅਮ ਨਾਮ ਦਾ ਰੇਡੀਓ ਐਕਟਿਵ ਤੱਤ ਪ੍ਰਾਪਤ ਕੀਤਾ ਗਿਆ ਸੀ ਨੈਕਸਟ ਕੁਐਸ਼ਨ ਗਿਰਗिट ਦੀ ਚਮੜੀ ਵਿੱਚ ਰੰਗ ਬਦਲਣ ਦਾ ਕੀ ਕਾਰਨ ਹੈ ਹਾਂਜੀ ਗਿਰਗਿਟ ਦੀ ਚਮੜੀ ਦੇ ਵਿੱਚ ਜਿਹੜਾ ਰੰਗ ਬਦਲਦਾ ਵਾ ਉਹ ਕਾਦੇ ਕਾਰਨ ਬਦਲਦਾ ਵਾ ਉਸ ਦੀ ਚਮੜੀ ਦੇ ਵਿੱਚ ਮੈਲਾਨੋਫੋਰਸ ਨਾਮਕ ਦੀ ਇੱਕ ਕਈ ਰੰਗਦਾਰ ਸੈੱਲਾਂ ਦੀ ਮੌਜੂਦਗੀ ਹੁੰਦੀ ਆ ਤੇ ਉਸ ਦੇ ਕਾਰਨ ਗਿਰਗਿਟ ਦੀ ਚਮੜੀ ਦਾ ਜਿਹੜਾ ਰੰਗ ਆ ਉਹ ਬਦਲਦਾ ਰਹਿੰਦਾ ਹੈ ਕਾਦੀ ਮੌਜੂਦਗੀ ਹੁੰਦੀ ਆ ਮੈਲਾਨੋਫੋਰਸ ਨਾਮ ਦਾ ਇੱਕ ਰੰਗਦਾਰ ਸੈੱਲ ਨੈਕਸਟ ਕੁਐਸਚਨ ਕੁਦਰਤ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਭਰਪੂਰ ਜੈਵਿਕ ਮਿਸ਼ਰਣ ਕਿਹੜਾ ਹੈ ਹਾਂਜੀ ਕੁਦਰਤ ਦੇ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਭਰਪੂਰ ਜੈਵਿਕ ਮਿਸ਼ਰਣ ਸੈਲੂਲੋਸ ਦਾ ਹੈ ਨੈਕਸਟ ਕੁਐਸ਼ਨ ਆਵਾਜ਼ ਦੀ ਤੀਬਰਤਾ ਨੂੰ ਮਾਪਣ ਲਈ ਵਰਤੇ ਜਾਣ ਵਾਲੇ ਜੰਤਰ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਆਵਾਜ਼ ਦੀ ਤੀਬਰਤਾ ਨੂੰ ਮਾਪਣ ਲਈ ਵਰਤੇ ਜਾਣ ਵਾਲੇ ਜੰਤਰ ਨੂੰ ਆਡੀਓਮੀਟਰ ਕਿਹਾ ਜਾਂਦਾ ਹੈ ਨੈਕਸਟ ਕੁਐਸ਼ਨ ਦੁੱਧ ਦੀ ਖੱਟੀ ਕਿਸ ਦੁਆਰਾ ਹੁੰਦੀ ਹੈ ਹਾਂਜੀ ਦੁੱਧ ਦੀ ਖੱਟੀ ਬੈਕਟੀਰੀਆ ਦੁਆਰਾ ਹੁੰਦੀ ਆ ਨੈਕਸਟ ਕੁਐਸ਼ਨ ਫ੍ਰਿਜ ਵਿੱਚ ਕਿਹੜੀ ਗੈਸ ਹੁੰਦੀ ਆ ਹਾਂਜੀ ਵੈਰੀ ਇੰਪੋਰਟੈਂਟ ਕੁਐਸ਼ਨ ਤੇ ਉਮੀਦ ਕਰਦੀ ਆਂਗੀ ਇਸ ਕੁਐਸ਼ਨ ਦਾ ਆਨਸਰ ਤੁਹਾਨੂੰ ਆਲਰੇਡੀ ਪਤਾ ਹੀ ਹੋਵੇਗਾ ਫ੍ਰਿਜ ਦੇ ਵਿੱਚ ਫ੍ਰੀਓਨ ਨਾਮ ਦੀ ਗੈਸ ਪਾਈ ਜਾਂਦੀ ਆ ਨੈਕਸਟ ਕੁਐਸ਼ਨ ਦੁੱਧ ਤੋਂ ਦਹੀਂ ਬਣਾਉਣ ਵਿੱਚ ਕਿਹੜੇ ਬੈਕਟੀਰੀਆ ਮਦਦ ਕਰਦੇ ਆ ਹਾਂਜੀ ਦੁੱਧ ਤੋਂ ਦਹੀਂ ਬਣਾਉਣ ਦੇ ਵਿੱਚ ਲੈਕਟੋਬੈਕਿਲਸ ਬੈਕਟੀਰੀਆ ਵਾ ਜਿਹੜੇ ਹੈਲਪ ਕਰਦੇ ਆ ਦੁੱਧ ਤੋਂ ਦਹੀਂ ਬਣਨ ਦੇ ਵਿੱਚ ਹਾਂਜੀ ਦੇਖੋ ਜਦੋਂ ਨੂੰ ਜਦੋਂ ਜਾਗ ਲਾਇਆ ਜਾਂਦਾ ਵਾ ਤਾਂ ਦੁੱਧ ਫਟ ਜਾਂਦਾ ਉਸ ਤੋਂ ਬਾਅਦ ਉਹ ਫਟਦਾ ਫਟਦਾ ਇੰਨਾ ਕੁ ਜ਼ਿਆਦਾ ਖਰਾਬ ਹੋ ਜਾਂਦਾ ਵਾ ਕਿ ਉਹਦੇ ਵਿੱਚ ਛੋਟੇ ਛੋਟੇ ਜੀ ਪੈ ਜਾਂਦੇ ਆ ਤੇ ਉਹ ਜਿਹੜੇ ਜੀ ਹੁੰਦੇ ਆ ਉਹ ਦਹੀਂ ਦੀਆਂ ਫਟ ਬਣ ਜਾਂਦੇ ਆ ਤੇ ਕਈ ਲੋਕ ਕੀ ਕਰਦੇ ਆ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਹਿਲਾ ਕੇ ਖਾਂਦੇ ਆ ਤੇ ਉਹਦੇ ਨਾਲ ਉਹ ਜਰਮ ਆ ਜਿਹੜੇ ਉਹ ਮਰ ਜਾਂਦੇ ਆ ਤੇ ਫਿਰ ਤਾਂ ਦਹੀਂ ਖਾਣ ਦਾ ਕੋਈ ਫਾਇਦਾ ਹੀ ਨਹੀਂ ਦਹੀਂ ਖਾਣ ਦਾ ਫਾਇਦਾ ਤਾਂ ਆ ਮਾ ਕਿ ਜਿਹੜੀ ਵੀ ਦਹੀਂ ਜਿੱਦਾਂ ਵੀ ਹੈ ਤੁਸੀਂ ਉਹਨੂੰ ਬਿਨਾਂ ਹਿਲਾਏ ਉਸੇ ਤਰ੍ਹਾਂ ਖਾਓ ਉਹ ਜਿਹੜੇ ਜਰਮ ਆ ਸਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਲਾਹੇਮੰਦ ਹੁੰਦੇ ਆ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਆ ਨੈਕਸਟ ਕੁਐਸਚਨ ਹੈ ਜੀ ਕਿਹੜਾ ਅੰਗ ਕੰਮ ਨਾ ਕਰ ਰਿਹਾ ਹੋਵੇ ਤਾਂ ਡਾਇਲਿਸਿਸ ਕੀਤਾ ਜਾਂਦਾ ਹੈ ਹਾਂਜੀ ਡਾਇਲਿਸਿਸ ਕੀਤਾ ਜਾਣ ਵਾਲਾ ਅੰਗ ਗੁਰਦਾਵਾ ਜਦੋਂ ਇਹ ਕੰਮ ਨਾ ਕਰੇ ਤਾਂ ਇਹਨੂੰ ਡਾਇਲਿਸਿਸ ਕੀਤਾ ਜਾਂਦਾ ਵਾ ਹਾਂਜੀ ਮਨੁੱਖੀ ਸਰੀਰ ਵਿੱਚ ਗੁਰਦਿਆਂ ਦੀ ਗਿਣਤੀ 2 ਹੁੰਦੀ ਹੈ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਮਨੁੱਖੀ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਕੀ ਹੈ ਹਾਂਜੀ ਮਨੁੱਖੀ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਸੈਰੇਬਰਮ ਦਾ ਹੈ ਨੈਕਸਟ ਕੁਐਸ਼ਨ ਪ੍ਰਯੋਗਸ਼ਾਲਾ ਵਿੱਚ ਜੀਨ ਦਾ ਸੰਸਲੇਸ਼ਨ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਹੈ ਹਾਂਜੀ ਪ੍ਰਯੋਗਸ਼ਾਲਾ ਦੇ ਵਿੱਚ ਜੀਨ ਦਾ ਸੰਸਲੇਸ਼ਨ ਕਰਨ ਵਾਲਾ ਪਹਿਲਾ ਵਿਅਕਤੀ ਹਰगोਬਿੰਦ ਖੁਰਾਣਾ ਹੈ ਨੈਕਸਟ ਕੁਐਸ਼ਨ ਬਦਲਵੇਂ ਕਰੰਟ ਨੂੰ ਮਾਪਣ ਲਈ ਕਿਹੜਾ ਜੰਤਰ ਵਰਤਿਆ ਜਾਂਦਾ ਹੈ ਹਾਂਜੀ ਬਦਲਵੇਂ ਕਰੰਟ ਨੂੰ ਮਾਪਣ ਦੇ ਲਈ ਗਰਮ ਤਾਰ ਐਮੀਮੀਟਰ ਤੋਂ ਬਣਿਆ ਹੋਇਆ ਜੰਤਰ ਆ ਜਿਹੜਾ ਉਹ ਵਰਤਿਆ ਜਾਂਦਾ ਹੈ ਨੈਕਸਟ ਕੁਐਸ਼ਨ ਕੁਦਰਤੀ ਰਵੜ ਕਿਸ ਦਾ ਪੋਲੀਮਰ ਹੈ ਹਾਂਜੀ ਕੁਦਰਤੀ ਰਵੜ ਆਈਸੋਪਰੀਨ ਦਾ ਪੋਲੀਮਰ ਆ ਨੈਕਸਟ ਵਰਸ਼ਨ ਮਨੁੱਖੀ ਖੂਨ ਦਾ ਪੀ ਐਚ ਮੁੱਲ ਕੀ ਹੈ ਹਾਂਜੀ ਮਨੁੱਖੀ ਖੂਨ ਦਾ ਪੀ ਐਚ ਮੁੱਲ ਕਿੰਨਾ ਵਾ 7.4 ਆ ਠੀਕ ਹੈ ਮਨੁੱਖੀ ਸਰੀਰ ਦਾ ਪੀ ਐਚ ਮੁੱਲ ਕਿੰਨਾ ਵਾ 7.4 ਤੇ ਮਨੁੱਖੀ ਖੂਨ ਦੇ ਵਿੱਚ ਪਾਣੀ ਦਾ ਪੀ ਐਚ ਮੁੱਲ ਕਿੰਨਾ ਵਾ 7 ਨੈਕਸਟ ਵਰਸ਼ਨ ਖਣਿਜ ਰਚਨਾ ਦੀ ਦ੍ਰਿਸ਼ਟੀਕੋਣ ਤੋਂ ਹੀਰਾ ਕੀ ਹੈ ਹਾਂਜੀ ਖਣਿਜ ਰਚਨਾ ਦੀ ਦ੍ਰਿਸ਼ਟੀਕੋਣ ਤੋਂ ਹੀਰਾ ਕਾਰਬਨ ਹੈ ਗ੍ਰਹਿ ਦੀ ਗਤੀ ਦਾ ਸਿਧਾਂਤ ਕਿਸ ਨੇ ਪੇਸ਼ ਕੀਤਾ ਹਾਂਜੀ ਗ੍ਰਹਿ ਦੀ ਗਤੀ ਦਾ ਸਿਧਾਂਤ ਕੋਪਲਰ ਨੇ ਪੇਸ਼ ਕੀਤਾ ਸੀ ਹਾਈਡਰੋਜਨ ਬੰਬ ਕਿਸ ਸਿਧਾਂਤ ਤੇ ਆਧਾਰਿਤ ਹੈ ਹਾਂਜੀ ਹਾਈਡਰੋਜਨ ਬੰਬ ਨਿਊਕਲੀਅਰ ਫਿਊਜ਼ਨ ਦੇ ਸਿਧਾਂਤ ਤੇ ਆਧਾਰਿਤ ਹੈ ਨੈਕਸਟ ਕੁਐਸਚਨ ਪ੍ਰੋਟੋਨ ਦੀ ਖੋਜ ਕਿਸ ਨੇ ਕੀਤੀ ਹਾਂਜੀ ਪ੍ਰੋਟੋਨ ਦੀ ਖੋਜ ਡਰਫੋਲਡ ਨੇ ਕੀਤੀ ਸੀ ਨੈਕਸਟ ਕੁਐਸ਼ਨ ਹੈ ਜੀ ਧਰਤੀ ਉੱਤੇ ਤਿੰਨਾ ਅਵਸਥਾਵਾਂ ਵਿੱਚ ਕਿਹੜਾ ਪਦਾਰਥ ਪਾਇਆ ਜਾਂਦਾ ਹੈ ਹਾਂਜੀ ਧਰਤੀ ਦੇ ਉੱਪਰ ਤਿੰਨਾ ਅਵਸਥਾਵਾਂ ਦੇ ਵਿੱਚ ਪਾਣੀ ਪਾਇਆ ਜਾਂਦਾ ਹੈ ਹੀਰੇ ਦੇ ਸੰਬੰਧ ਦੇ ਵਿੱਚ ਕੈਰਟ ਹੀਰੇ ਦਾ ਭਾਰ ਹੁੰਦਾ ਠੀਕ ਹੈ ਨੈਕਸਟ ਕੁਐਸ਼ਨ ਗੈਲਵਨਾਈਜ਼ਡ ਆਇਰਨ ਉੱਤੇ ਪਰਤ ਕੀ ਹੈ ਹਾਂਜੀ ਗੈਲਵਨਾਈਜ਼ਡ ਆਇਰਨ ਦੇ ਉੱਪਰ ਜਿਹੜੀ ਪਰਤ ਪਰਤ ਤਾਂ ਉਹ ਜ਼ਿੰਕ ਹੁੰਦੀ ਆ ਨੈਕਸਟ ਕੁਐਸਚਨ ਨਿਮਨਲਿਖਤ ਤਾਪਮਾਨ ਸਕੇਲ ਵਿੱਚੋਂ ਕਿਹੜਾ ਪੂਰਨ ਸਿਫਰ ਤੇ ਆਧਾਰਿਤ ਹੈ ਹਾਂਜੀ ਉਹਨ ਇੱਥੇ ਨਿਮਨਲਿਖਤ ਤਾਂ ਲਿਖਿਆ ਗਿਆ ਪਰ ਆਪਸ਼ਨਸ ਨਹੀਂ ਗੀਆਂ ਠੀਕ ਹੈ ਮੈਂ ਤੁਹਾਨੂੰ ਕਾਰਨ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਕੁਐਸਚਨਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਅੱਗੇ ਹੀ ਬਹੁਤ ਜ਼ਿਆਦਾ ਟਾਈਮ ਲੱਗਿਆ ਇਸ ਪੀਡੀਐਫ ਨੂੰ ਤਿਆਰ ਕਰਨ ਦੇ ਲਈ ਤਾਂ ਆਪਸ਼ਨਸ ਨਹੀਂ ਐਡ ਕੀਤੀਆਂ ਇਸ ਕਰਕੇ ਮੈਂ ਨਿਮਨਲਿਖਤ ਤਾਪਮਾਨ ਸਕੇਲ ਵਿੱਚੋਂ ਕਿਹੜਾ ਪੂਰਨ ਸਿਫਰ ਤੇ ਆਧਾਰਿਤ ਹੈ ਕੈਲਵਿਨ ਇਹ ਪੂਰਨ ਸਿਫਰ ਤੇ ਆਧਾਰਿਤ ਹੁੰਦਾ ਹਾਂਜੀ ਆਇਓਡੀ ਨਾਈਜ਼ਡ ਨਾਮਕ ਵਿੱਚ ਬਿਮਾਰੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਹਾਂਜੀ ਆਇਓਡੀ ਨਾਈਜ਼ਡ ਨਮਕ ਆ ਜਿਹੜਾ ਉਹ ਕਿਹੜੀ ਬਿਮਾਰੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ ਗਾਇਟਰ ਇਲੈਕਟ੍ਰਿਕ ਮੋਟਰ ਦਾ ਕੰਮ ਕੀ ਹੈ ਹਾਂਜੀ ਇਲੈਕਟ੍ਰਿਕ ਮੋਟਰ ਦਾ ਕੰਮ ਆ ਬਿਜਲੀ ਊਰਜਾ ਦਾ ਮਕੈਨੀਕਲ ਊਰਜਾ ਦੇ ਵਿੱਚ ਬਦਲਣਾ ਨੈਕਸਟ ਕੁਐਸ਼ਨ ਹਰੇ ਪੌਦਿਆਂ ਵਿੱਚ ਪ੍ਰਕਾਸ਼ ਸੰਸਲੇਸ਼ਨ ਦੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਹਰੇ ਪੌਦਿਆਂ ਦੇ ਵਿੱਚ ਪ੍ਰਕਾਸ਼ ਸੰਸਲੇਸ਼ਨ ਦੀ ਇਕਾਈ ਨੂੰ ਕੁਆਂਟਾਸੋਮ ਕਿਹਾ ਜਾਂਦਾ ਹੈ ਨੈਕਸਟ ਕੁਐਸ਼ਨ ਧਰਤੀ ਦੀ ਔਸਤ ਘਣਤਾ ਕਿੰਨੀ ਹੈ ਹਾਂਜੀ ਧਰਤੀ ਦੀ ਔਸਤ ਘਣਤਾ 5.5 ਗ੍ਰਾਮ ਪ੍ਰਤੀ ਕਣ ਸੈਂਟੀਮੀਟਰ ਠੀਕ ਹੈ ਨੈਕਸਟ ਕੁਐਸ਼ਨ ਸੂਰਜ ਹਮੇਸ਼ਾ ਪੂਰਬ ਵੱਲ ਚੜਦਾ ਹੈ ਕਿਉਂ ਹਾਂਜੀ ਸੂਰਜ ਹਮੇਸ਼ਾ ਪੂਰਬ ਵੱਲ ਚੜਦਾ ਹੈ ਕਿਉਂਕਿ ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ਪੱਛਮ ਤੋਂ ਪੂਰਬ ਵੱਲ ਪੌਦਿਆਂ ਦੇ ਵਿੱਚ ਸੰਚਾਰਨ ਦੀ ਦਰ ਨੂੰ ਨਿਰਧਾਰਿਤ ਕਰਨ ਲਈ ਕਿਹੜਾ ਸਾਧਨ ਵਰਤਿਆ ਜਾਂਦਾ ਹੈ ਹਾਂਜੀ ਪੌਦਿਆਂ ਦੇ ਵਿੱਚ ਸੰਚਾਰਨ ਦੀ ਦਰ ਨੂੰ ਨਿਰਧਾਰਿਤ ਕਰਨ ਦੇ ਲਈ ਫੋਟੋਮੀਟਰ ਨਾਮ ਦਾ ਸਾਧਨ ਵਰਤਿਆ ਜਾਂਦਾ ਹੈ ਨੈਕਸਟਵਰਸ਼ਨ ਕਿਸ ਵਿਟਾਮਿਨ ਵਿੱਚ ਕੁਵਾਲਟ ਪਾਇਆ ਜਾਂਦਾ ਹੈ ਹਾਂਜੀ ਕਿਹੜਾ ਵਿਟਾਮਿਨ ਹੈ ਜਿਹਦੇ ਵਿੱਚ ਕੁਵਾਲਟ ਪਾਇਆ ਜਾਂਦਾ ਹੈ ਵਿਟਾਮਿਨ B12 ਨੈਕਸਟ ਕੁਐਸ਼ਨ ਹਾਂਜੀ ਮੈਨਨਜਾਈਟਿਸ ਨਾਮ ਦੀ ਬਿਮਾਰੀ ਨਾਲ ਸਰੀਰ ਦਾ ਕਿਹੜਾ ਹਿੱਸਾ ਪ੍ਰਭਾਵਿਤ ਹੁੰਦਾ ਹੈ ਮੈਨਨਜਾਈਟਿਸ ਨਾਮ ਦੀ ਬਿਮਾਰੀ ਦੇ ਨਾਲ ਦਿਮਾਗ ਪ੍ਰਭਾਵਿਤ ਹੁੰਦਾ ਵਾ ਨੈਕਸਟ ਕੁਐਸ਼ਨ ਮਨੁੱਖੀ ਸਰੀਰ ਵਿੱਚ ਖੂਨ ਦੇ ਥੱਕੇ ਨਾ ਬਣਨ ਦਾ ਮੁੱਖ ਕਾਰਨ ਕੀ ਆ ਦੇਖੋ ਖੂਨ ਦਾ ਥੱਕਾ ਨਾ ਬਰਨ ਦਾ ਜਿਹੜਾ ਇੱਕ ਕਾਰਨ ਇਹ ਵੀ ਹੁੰਦਾ ਕਿ ਵਿਟਾਮਿਨ ਕੇ ਦੀ ਘਾਟ ਹੋ ਜਾਂਦੀ ਹੁਣ ਕਈ ਬੱਚਿਆਂ ਨੂੰ ਖੂਨ ਦਾ ਥੱਕਾ ਨਹੀਂ ਪਤਾ ਹੋਊਗਾ ਤਾਂ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਖੂਨ ਦਾ ਥੱਕਾ ਜਦੋਂ ਸਾਡੇ ਕੋਈ ਸੱਟ ਲੱਗ ਜਾਂਦੀ ਆ ਤੁਸੀਂ ਦੇਖਿਆ ਹੋਣਾ ਜੇਕਰ ਸੱਟ ਲੱਗੀ ਹੋਵੇ ਬਲੱਡ ਨਿਕਲਦਾ ਹੋਵੇ ਤਾਂ ਕੁਝ ਟਾਈਮ ਬਾਅਦ 3-4 ਸੈਕਿੰਡ ਦੇ ਵਿੱਚ ਖੂਨ ਆਪਣੇ ਆਪ ਜੰਮ ਜਾਂਦਾ ਜੇ ਸੱਟ ਬਾਲੀ ਡੂੰਗੀ ਹੋਵੇ ਫਿਰ 4-5 ਮਿੰਟ ਦੇ ਵਿੱਚ ਆਪਣੇ ਆਪ ਖੂਨ ਉੱਪਰ ਜੰਮ ਜਾਂਦਾ ਜਿਹੜਾ ਉੱਪਰ ਖੂਨ ਜੰਮਦਾ ਉਹਨੇ ਖੂਨ ਦਾ ਥੱਕਾ ਕਹਿੰਦੇ ਆ ਠੀਕ ਹੈ ਤੇ ਜਿਹਦੇ ਵਿੱਚ ਵਿਟਾਮਿਨ ਕੇ ਦੀ ਘਾਟ ਹੋਵੇ ਉਹਨਾਂ ਦੇ ਵਿੱਚ ਵੀ ਉਹ ਖੂਨ ਆ ਜਿਹੜਾ ਬੈਂਦਾ ਰਹਿੰਦਾ ਵਾ ਤੇ ਉਹ ਛੇਤੀ ਜੰਮਦਾ ਨਹੀਂਗਾ ਸੇਮ ਇਦਾਂ ਹੀ ਜਿਹੜਾ ਮੁੱਖ ਕਾਰਨ ਖੂਨ ਦਾ ਥੱਕਾ ਨਾ ਬਣਦੋ ਕੀ ਆ ਹੈਪਰਿਨ ਦੀ ਮੌਜੂਦਗੀ ਨੈਕਸਟ ਕੁਐਸਚਨ ਚਾਹ ਬਣਾਉਣ ਲਈ ਕੇਤਲੀ ਵਿੱਚਲੇ ਪਾਣੀ ਨੂੰ ਬਿਜਲੀ ਨਾਲ ਗਰਮ ਕਰਕੇ ਕਿਸ ਢੰਗ ਨਾਲ ਵਰਤਿਆ ਜਾਂਦਾ ਹੈ ਹਾਂਜੀ ਚਾਹ ਬਣਾਉਣ ਲਈ ਕੇਤਲੀ ਵਿੱਚਲੇ ਪਾਣੀ ਨੂੰ ਬਿਜਲੀ ਨਾਲ ਗਰਮ ਕਰਕੇ ਸੰਚਾਲਨ ਦੁਆਰਾ ਵਰਤਿਆ ਜਾਂਦਾ ਵਾ ਨੈਕਸਟ ਵਰਸ਼ਨ ਬਜ਼ੁਰਗਾਂ ਦੇ ਡਾਕਟਰੀ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਬਜ਼ੁਰਗਾਂ ਦੇ ਡਾਕਟਰੀ ਅਧਿਐਨ ਨੂੰ ਜੈਰੀਆਟਿਕਸ ਕਿਹਾ ਜਾਂਦਾ ਹੈ ਨੈਕਸਟ ਵਰਸ਼ਨ ਹਾਈਪੋਗਲਾਈਸੀਮੀਆ ਨਾਂ ਦੀ ਬਿਮਾਰੀ ਖੂਨ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਦੀ ਕਮੀ ਕਾਰਨ ਹੁੰਦੀ ਆ ਹਾਂਜੀ ਜਦੋਂ ਸਾਡੇ ਸਰੀਰ ਵਿੱਚ ਗਲੂਕੋਜ਼ ਦੀ ਕਮੀ ਹੋ ਜਾਂਦੀ ਆ ਤਾਂ ਉਸ ਸਮੇਂ ਹਾਈਪੋਗਲਾਈਸੀਮੀਆ ਨਾਮ ਦੀ ਬਿਮਾਰੀ ਹੁੰਦੀ ਆ ਠੀਕ ਹੈ ਨੈਕਸਟ ਕੁਐਸ਼ਨ ਐਚਟੀਐਲਬੀ 2 ਨਾਂ ਦੇ ਵਾਇਰਸ ਨਾਲ ਕਿਹੜੀ ਬਿਮਾਰੀ ਫੈਲਦੀ ਹੈ ਹਾਂਜੀ ਐਚਟੀਐਲਬੀ 2 ਨਾਂ ਦੇ ਵਾਇਰਸ ਦੇ ਨਾਲ ਏਡਜ਼ ਨਾਮ ਦੀ ਬਿਮਾਰੀ ਫੈਲਦੀ ਆ ਮਨੁੱਖੀ ਸਰੀਰ ਵਿੱਚ ਸਭ ਤੋਂ ਛੋਟੀ ਗਲੈਂਡ ਗ੍ਰੰਥੀ ਕਿਹੜੀ ਆ ਹਾਂਜੀ ਮਨੁੱਖੀ ਸਰੀਰ ਦੇ ਵਿੱਚ ਸਭ ਤੋਂ ਛੋਟੀ ਗਲੈਂਡ ਗ੍ਰੰਥੀ ਪਿਟਿਊਟਰੀ ਆ ਨੈਕਸਟ ਕੁਐਸ਼ਨ ਮੂਲ ਰੂਪ ਵਿੱਚ ਐਨਜ਼ਾਈਮ ਕੀ ਹੁੰਦਾ ਹੈ ਹਾਂਜੀ ਮੂਲ ਰੂਪ ਦੇ ਵਿੱਚ ਐਨਜ਼ਾਈਮ ਪ੍ਰੋਟੀਨ ਹੁੰਦਾ ਹੈ ਹਾਂਜੀ ਨੈਕਸਟ ਕੁਐਸ਼ਨ ਸਰੀਰ ਦੇ ਕਿਹੜੇ ਹਿੱਸੇ ਵਿੱਚ ਪਿਤ ਹੁੰਦਾ ਹੈ ਹਾਂਜੀ ਸਰੀਰ ਦੇ ਕਿਹੜੇ ਹਿੱਸੇ ਵਿੱਚ ਪਿਤ ਹੁੰਦਾ ਹੈ ਜਿਗਰ ਦੇ ਵਿੱਚ ਵਿੱਤ ਹੁੰਦਾ ਹੈ ਨੈਕਸਟ ਕੁਐਸਚਨ ਹਾਂਜੀ ਟੈਟਰਾ ਟੈਟਰਾ ਡੁਥਾਈਲ ਲੀਡ ਨੂੰ ਪੈਟਰੋਲ ਵਿੱਚ ਕਿਉਂ ਜੋੜਿਆ ਜਾਂਦਾ ਹੈ ਟੀੀਐਲ ਵੀ ਲਿਖਿਆ ਜਾਂਦਾ ਹੋ ਸਕਦਾ ਤੁਹਾਨੂੰ ਉੱਥੇ ਸ਼ਾਰਟ ਫਾਰਮ ਹੀ ਪੁੱਛ ਲਈ ਜਾਵੇ ਤਾਂ ਤੁਸੀਂ ਇਸ ਦਾ ਧਿਆਨ ਰੱਖਣਾ ਠੀਕ ਹੈ ਟੀੀਐਲ ਨੂੰ ਪੈਟਰੋਲ ਵਿੱਚ ਕਿਉਂ ਜੋੜਿਆ ਜਾਂਦਾ ਹੈ ਕਿਉਂ ਜੋੜਿਆ ਜਾਂਦਾ ਹੈ ਐਂਟੀ ਕਨੋਕਿੰਗ ਰੇਟਿੰਗ ਜਾਨੀ ਕਿ ਫਿਸਫੋਟ ਦਰ ਨੂੰ ਵਧਾਉਣ ਦੇ ਲਈ ਨੈਕਸਟ ਸੰਪੇਖਿਕ ਨਮੀ ਨੂੰ ਕਿਸ ਵਿੱਚ ਮਾਪਿਆ ਜਾਂਦਾ ਹੈ ਹਾਂਜੀ ਸੰਪੇਖਿਕ ਨਮੀ ਨੂੰ ਹਾਈਗਰੋਮੀਟਰ ਦੇ ਵਿੱਚ ਮਾਪਿਆ ਜਾਂਦਾ ਹੈ ਨੈਕਸਟ ਕੁਐਸ਼ਨ ਰੈਟੀਨਾ ਤੇ ਬਣੀ ਪ੍ਰਤੀਬੰਬ ਕੀ ਹੈ ਹਾਂਜੀ ਰੈਟੀਨਾ ਤੇ ਬਣੀ ਪ੍ਰਤੀਬੰਬ ਵਾਸਤਵਿਕ ਉਲਟਾ ਅਤੇ ਵਸਤੂ ਤੋਂ ਛੋਟਾ ਹੁੰਦਾ ਹੈ ਨੈਕਸਟ ਕੁਐਸ਼ਨ ਪੋਲੀਓ ਵੈਕਸੀਨ ਸਭ ਤੋਂ ਪਹਿਲਾਂ ਕਿਸ ਨੇ ਤਿਆਰ ਕੀਤੀ ਸੀ ਹਾਂਜੀ ਪੋਲੀਓ ਵੈਕਸੀਨ ਆ ਜਿਹੜੀ ਇਹ ਸਭ ਤੋਂ ਪਹਿਲਾਂ ਜான் ਸਾਲਕਿਨ ਨੇ ਤਿਆਰ ਕੀਤੀ ਸੀ ਨੈਕਸਟ ਕੁਐਸਚਨ ਗੋਬਰ ਗੈਸ ਦਾ ਮੁੱਖ ਤੱਤ ਕੀ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹਾਂਜੀ ਗੋਬਰ ਗੈਸ ਦਾ ਮੁੱਖ ਤੱਤ ਆ ਮੀਥੇਨ ਨੈਕਸਟ ਕੁਐਸਚਨ ਹਰੇ ਪੌਦਿਆਂ ਵਿੱਚ ਪ੍ਰਕਾਸ਼ ਸੰਸਲੇਸ਼ਨ ਦੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਹ ਕੁਐਸਚਨ ਤਿੰਨ ਵਾਰ ਰਿਪੀਟ ਹੋ ਚੁੱਕਿਆ ਹੈ ਕਵਾਂਟੋਸੋਮ ਦੇਖੋ ਕੁਐਸਚਨ ਕਿਉਂ ਨਹੀਂ ਕੱਢੇ ਗਏ ਜਿਹੜੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਜਾਂ ਤਿੰਨ ਚਾਰ ਪੇਪਰਾਂ ਦੇ ਵਿੱਚ ਰਿਪੀਟ ਹੋ ਚੁੱਕੇ ਆ ਮੈਂ ਐਜ਼ ਇਟ ਇਜ਼ ਹੀ ਐਡ ਕੀਤੇ ਆ ਤਾਂ ਜੋ ਤੁਹਾਨੂੰ ਬਾਰ-ਬਾਰ ਰਿਪੀਟ ਹੋਣ ਨਾਲ ਉਹਨਾਂ ਦੇ ਨਾਮ ਯਾਦ ਹੋ ਜਾਣ ਹਾਂਜੀ ਵਾਇਰੋਲੋਜੀ ਵਿੱਚ ਕੀ ਪੜਿਆ ਜਾਂਦਾ ਹੈ ਵਾਇਰੋਲੋਜੀ ਦੇ ਵਿੱਚ ਵਾਇਰਸ ਪੜਿਆ ਜਾਂਦਾ ਵਾ ਵਿਟਾਮਿਨ ਸੀ ਦਾ ਰਸਾਇਣਿਕ ਨਾਮ ਕੀ ਆ ਹਾਂਜੀ ਵਿਟਾਮਿਨ ਸੀ ਦਾ ਰਸਾਇਣਿਕ ਨਾਮ ਆ ਐਸਕੋਰਬਿਕ ਐਸਿਡ ਕੀਆ ਐਸ ਕੋਰਬਿਕ ਐਸਿਡ ਤੇ ਵਿਟਾਮਿਨ ਸੀ ਦੀ ਘਾਟ ਨਾਲ ਸਰਕਵੀ ਨਾਮ ਦਾ ਰੋਗ ਹੁੰਦਾ ਵਾ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹਾਂਜੀ ਪੈਨਕ੍ਰੀਆਟਿਕ ਯੂਸ ਵਿੱਚ ਐਨਜ਼ਾਈਮ ਪਾਇਆ ਜਾਂਦਾ ਹੈ ਹਾਂਜੀ ਕਿਹੜਾ ਐਨਜ਼ਾਈਮ ਪਾਇਆ ਜਾਂਦਾ ਵਾ ਪੈਨਕ੍ਰੀਆਟਿਕ ਯੂਸ ਦੇ ਵਿੱਚ ਟ੍ਰਾਈ ਹਾਂਜੀ ਟ੍ਰਾਈਪਸਿਨ ਐਨਜ਼ਾਈਮ ਨਾਮ ਦਾ ਹਾਂਜੀ ਟ੍ਰਾਈਪਸਿਨ ਐਂਜ਼ਾਈਮ ਨਾਮ ਦਾ ਪੈਨਕ੍ਰੀਆਟਿਕ ਯੂਸ ਦੇ ਵਿੱਚ ਐਂਜ਼ਾਈਮ ਪਾਇਆ ਜਾਂਦਾ ਹੈ ਪ੍ਰੋਟੀਨ ਕਿਸ ਗੈਸ ਦਾ ਮੁੱਖ ਮਿਸ਼ਰਣ ਹੈ ਪ੍ਰੋਟੀਨ ਨਾਈਟ੍ਰੋਜਨ ਗੈਸ ਦਾ ਮੁੱਖ ਮਿਸ਼ਰਣ ਹੈ ਇਥੋਲੋਜੀ ਵਿੱਚ ਕੀ ਪੜਿਆ ਜਾਂਦਾ ਹੈ ਹਾਂਜੀ ਇਥੋਲੋਜੀ ਦੇ ਵਿੱਚ ਜਾਨਵਰਾਂ ਦੇ ਉਹਨਾਂ ਦੇ ਆਮ ਵਾਤਾਵਰਣ ਵਿੱਚ ਵਿਵਹਾਰ ਦਾ ਅਧਿਐਨ ਪੜਿਆ ਜਾਂਦਾ ਵਾ ਠੀਕ ਹੈ ਨੈਕਸਟ ਕੁਐਸਚਨ ਦੇਖੋ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਦੁਨੀਆ ਦੀ ਹਾਂਜੀ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਦੁਨੀਆ ਦੀ ਪਹਿਲੀ ਔਰਤ ਮੈਡਮ ਕਿਊਰੀ ਸੀ ਠੀਕ ਹੈ ਇਹਨਾਂ ਨੂੰ 1930 ਦੇ ਵਿੱਚ ਭੌਤਿਕ ਵਿਗਿਆਨ ਦੇ ਵਿੱਚ ਨੋਬਲ ਪੁਰਸਕਾਰ ਮਿਲਿਆ ਸੀ ਹੈਮੀ ਦਾ ਧੂਮਕੇਤੂ ਕਿੰਨੇ ਸਾਲਾਂ ਬਾਅਦ ਦਿਖਾਈ ਦਿੰਦਾ ਹੈ ਹਾਂਜੀ ਹੈਮੀ ਦਾ ਧੂਮਕੇਤੂ 76 ਸਾਲ ਬਾਅਦ ਦਿਖਾਈ ਦਿੰਦਾ ਹੈ ਨੈਕਸਟ ਕੁਐਸ਼ਨ ਕਿਹੜੀ ਬਿਮਾਰੀ ਐਚ ਆਈ ਵੀ ਵਾਇਰਸ ਕਾਰਨ ਹੁੰਦੀ ਆ ਹਾਂਜੀ ਐਚ ਆਈ ਵੀ ਵਾਇਰਸ ਕਾਰਨ ਏਡਜ਼ ਬਿਮਾਰੀ ਹੁੰਦੀ ਆ ਤੇ ਐਚ ਆਈ ਵੀ ਦੀ ਤੁਹਾਨੂੰ ਫੁੱਲ ਫਾਰਮ ਬਹੁਤ ਜ਼ਿਆਦਾ ਪੁੱਛ ਲਈ ਜਾਂਦੀ ਆ ਚਾਂਸ ਹੁੰਦੇ ਆ ਪਰ ਇਹ ਪਲੱਸ 2 ਤੱਕ ਦੇ ਪੰਜਾਬ ਬੋਰਡ ਦੇ ਪੇਪਰਾਂ ਦੇ ਵਿੱਚ ਹੀ ਆਉਂਦੀ ਆ ਐਚ ਆਈ ਵੀ ਦਾ ਪੂਰਾ ਨਾਮ ਠੀਕ ਹੈ ਜੇਕਰ ਵੀ ਕਿਸੇ ਵੀ ਸਟੂਡੈਂਟਸ ਨੂੰ ਪਤਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਹਾਂਜੀ ਨੈਕਸਟ ਕੁਐਸ਼ਨ ਕਿਹੜਾ ਵਿਟਾਮਿਨ ਖੂਨ ਦੇ ਥੱਕੇ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ ਹਾਂਜੀ ਖੂਨ ਦੇ ਥੱਕੇ ਬਣਾਉਣ ਦੇ ਵਿੱਚ ਕਿਹੜਾ ਵਿਟਾਮਿਨ ਮਦਦਗਾਰ ਹੁੰਦਾ ਮੈਂ ਆਲਰੇਡੀ ਦੱਸ ਚੁੱਕੀ ਹਾਂ ਵਿਟਾਮਿਨ ਕੇ ਨੈਕਸਟ ਕੁਐਸ਼ਨ ਹਸਾਉਣ ਵਾਲੀ ਗੈਸ ਹੈ ਹਾਂਜੀ ਹਸਾਉਣ ਵਾਲੀ ਗੈਸ ਆ ਨਾਈਟਰਸ ਆਕਸਾਈਡ ਨੈਕਸਟ ਕੁਐਸ਼ਨ ਸਰੀਰ ਦਾ ਸਾਰਾ ਲਹੂ ਕਿਸ ਦੇ ਰਾਹੀਂ ਸ਼ੁੱਧ ਹੁੰਦਾ ਹੈ ਹਾਂਜੀ ਸਰੀਰ ਦਾ ਸਾਰਾ ਲਹੂ ਗੁਰਦੇ ਦੇ ਰਾਹੀਂ ਸ਼ੁੱਧ ਹੁੰਦਾ ਹੈ ਨੈਕਸਟ ਹਾਈਡਰੋਫਾਈਟਸ ਕੀ ਹਨ ਹਾਂਜੀ ਹਾਈਡਰੋਫਾਈਟਸ ਜਲ ਪੌਦੇ ਹਨ ਨੈਕਸਟ ਵਰਸ਼ਨ ਦੋ ਸਮਾਨਾਂਤਰ ਸ਼ੀਸ਼ਿਆਂ ਦੇ ਵਿੱਚ ਕਾਰ ਰੱਖੀ ਵਸਤੂ ਦੀਆਂ ਕਿੰਨੀਆਂ ਮੂਰਤਾਂ ਬਣੀਆਂ ਹਨ ਹਾਂਜੀ ਦੋ ਸੌਰੀ ਦੋ ਸਮਾਨਾਂਤਰ ਸੀਸਿਆਂ ਦੇ ਵਿੱਚ ਕਾਰਜੇ ਕਰ ਤੁਸੀਂ ਕੋਈ ਵਸਤੂ ਰੱਖ ਦਿੰਦੇ ਹੋ ਤਾਂ ਉਹਦੀਆਂ ਅਨੰਤ ਅਨੰਤ ਮਤਲਬ ਬਹੁਤ ਜ਼ਿਆਦਾ ਜਾਨੀ ਕਿ 1 2 ਜਾਂ 2 ਤੋਂ ਬਾਅਦ ਮੂਰਤਾਂ ਬਣ ਸਕਦੀਆਂ ਨੇ ਨੈਕਸਟ ਵਰਸ਼ਨ ਪੈंसिल ਲੀਡ ਕੀ ਹੈ ਹਾਂਜੀ ਪੈंसिल ਦਾ ਜਿਹੜਾ ਲੈਡ ਹੁੰਦਾ ਵਾ ਉਹ ਕਾਦੇ ਤੋਂ ਬਣਿਆ ਹੁੰਦਾ ਵਾ ਗ੍ਰੈਫਾਈਟ ਤੋਂ ਨੈਕਸਟ ਵਰਸ਼ਨ ਗੈਣਸਾ ਦੇ ਦਬਾਅ ਨੂੰ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਗੈਣਸਾ ਦੇ ਦਬਾਅ ਨੂੰ ਮਾਪਣ ਵਾਲੇ ਯੰਤਰ ਨੂੰ ਮੈਨੋਮੀਟਰ ਕਿਹਾ ਜਾਂਦਾ ਹੈ ਨੈਕਸਟ ਵਰਸ਼ਨ ਸਕਰਵੀ ਨਾਮ ਦੀ ਬਿਮਾਰੀ ਕਿਸ ਵਿਟਾਮਿਨ ਦੀ ਘਾਟ ਨਾਲ ਹੁੰਦੀ ਆ ਹਾਂਜੀ ਸਕਰਵੀ ਨਾਮ ਦੀ ਬਿਮਾਰੀ ਤੁਸੀਂ ਹੁਣ ਯਾਦ ਰੱਖਣਾ ਸਸਨ ਸਕਰਵੀ ਨਾਮ ਦੀ ਬਿਮਾਰੀ ਵਿਟਾਮਿਨ ਸੀ ਦੀ ਘਾਟ ਨਾਲ ਹੁੰਦੀ ਹੈ ਵਿਟਾਮਿਨ ਸੀ ਦੀ ਘਾਟ ਨਾਲ ਸਕਰਵੀ ਨਾਮ ਦੀ ਬਿਮਾਰੀ ਹੁੰਦੀ ਹੈ ਤੇ ਵਿਟਾਮਿਨ ਬੀ ਦੀ ਘਾਟ ਨਾਲ ਬੀ ਤੇ ਯਾਦ ਰੱਖਣਾ 베ਰੀ 베ਰੀ ਰੋਗ ਹੁੰਦਾ ਵਾ ਠੀਕ ਹੈ ਬੱਬੇ ਤੇ ਬੀ ਤੇ ਬੱਬੇ ਤੇ ਹੀ 베ਰੀ 베ਰੀ ਇਹ ਤੁਸੀਂ ਯਾਦ ਰੱਖਣਾ ਵਿਟਾਮਿਨ ਏ ਵਿਟਾਮਿਨ ਏ ਦੀ ਘਾਟ ਨਾਲ ਆੜੇ ਤੇ ਦੇਖੋ ਵਿਟਾਮਿਨ ਏ ਠੀਕ ਹੈ ਆਹ ਸੌਰੀ ਵਿਟਾਮਿਨ ਏ ਦੀ ਘਾਟ ਨਾਲ ਅੰਧਰਾਤਾ ਹੁੰਦਾ ਵਾ ਵਿਟਾਮਿਨ A ਦੀ ਘਾਟ ਨਾਲ ਅੰਦਰਾਤਾ ਰੋਗ ਹੁੰਦਾ ਵਿਟਾਮਿਨ B ਨਾਲ 베ਰੀ 베ਰੀ ਵਿਟਾਮਿਨ C ਨਾਲ ਸਰਕਰ ਵੀ ਵਿਟਾਮਿਨ D ਨਾਲ ਰਿਕਟਸ ਇਦਾਂ ਤੁਸੀਂ ਯਾਦ ਰੱਖਣਾ ਸਭ ਤੋਂ ਭਾਰੀ ਧਾਤੂ ਕਿਹੜੀ ਹੈ ਹਾਂਜੀ ਉਸਮਿਅਮ ਸਭ ਤੋਂ ਭਾਰੀ ਧਾਤੂ ਹੁੰਦੀ ਹੈ ਨੈਕਸਟ ਕੁਐਸਚਨ ਬਿਜਲੀ ਦਾ ਸਭ ਤੋਂ ਵਧੀਆ ਕੰਡਕਟਰ ਕੀ ਹੈ ਰਾਈਟ ਆਨਸਰ ਹੈ ਜੀ ਚਾਂਦੀ ਆਵਾਜ਼ ਦੇ ਮਾਪ ਦੀ ਇਕਾਈ ਕੀ ਹੈ ਹਾਂਜੀ ਆਵਾਜ਼ ਦੇ ਮਾਪ ਦੀ ਇਕਾਈ ਡੈਸੀਬਲ ਹੁੰਦੀ ਹੈ ਠੀਕ ਹੈ ਇੰਪੋਰਟੈਂਟ ਆ ਕਿਹੜੀਆਂ ਤੱਤਾਂ ਨੂੰ ਮਿਲਾ ਕੇ ਸਟੇਨਲੈਸ ਸਟੀਲ ਬਣਾਇਆ ਜਾਂਦਾ ਹੈ ਹਾਂਜੀ ਸਟੇਨਲੈਸ ਸਟੀਲ ਆ ਜਿਹੜੀ ਉਹ ਕ੍ਰੋਮੀਅਮ ਆਇਰਨ ਅਤੇ ਨਿਕਲ ਤੋਂ ਮਿਲ ਕੇ ਬਣਦੀ ਆ ਨੈਕਸਟ ਕੁਐਸ਼ਨ ਹਾਈਡਰੋਲਿਕ ਬ੍ਰੇਕਾਂ ਕਿਸ ਨਿਜ਼ਮ ਤੇ ਆਧਾਰ ਤੇ ਬਣਾਈਆਂ ਜਾਂਦੀਆਂ ਨੇ ਹਾਈਡਰੋਲਿਕ ਬ੍ਰੇਕਾਂ ਪਾਰਕਲ ਦੇ ਕਾਨੂੰਨ ਦੇ ਆਧਾਰ ਤੇ ਬਣਾਈਆਂ ਜਾਂਦੀਆਂ ਨੇ ਪ੍ਰੋਟੋਨ ਦੀ ਖੋਜ ਕਿਸ ਨੇ ਕੀਤੀ ਹਾਂਜੀ ਪ੍ਰੋਟੋਨ ਦੀ ਖੋਜ ਰਦਰਫੋਰਡ ਨੇ ਕੀਤੀ ਆ ਨੈਕਸਟ ਵਾਸ਼ਨ ਹਾਂਜੀ ਤਿੰਨ ਅਵਸਥਾਵਾਂ ਵਾਲਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਤਿੰਨ ਅਵਸਥਾਵਾਂ ਧਰਤੀ ਉੱਤੇ ਤਿੰਨਾ ਅਵਸਥਾਵਾਂ ਵਿੱਚ ਕਿਹੜਾ ਪਦਾਰਥ ਪਾਇਆ ਜਾਂਦਾ ਹੈ ਹਾਂਜੀ ਧਰਤੀ ਦੇ ਉੱਤੇ ਤਿੰਨਾ ਅਵਸਥਾਵਾਂ ਦੇ ਵਿੱਚ ਪਾਣੀ ਤਰਲ ਠੋਸ ਪਾਫ ਇਹ ਪਾਏ ਜਾਂਦੇ ਆ ਠੀਕ ਹੈ ਧਰਤੀ ਦੇ ਉੱਤੇ ਤਿੰਨ ਅਵਸਥਾਵਾਂ ਦੇ ਵਿੱਚ ਤਰਲ ਕਿਹੜੀਆਂ-ਕਿਹੜੀਆਂ ਤਿੰਨ ਤਿੰਨ ਅਵਸਥਾਵਾਂ ਵਾ ਤਰਲ ਠੋਸ ਅਤੇ ਭਾਫ ਇਹਨਾਂ ਦੇ ਵਿੱਚ ਪਾਣੀ ਪਾਇਆ ਜਾਂਦਾ ਵਾ ਹਾਂਜੀ ਮੈਨਿੰਜਾਈਟਿਸ ਨਾਮ ਦੀ ਬਿਮਾਰੀ ਨਾਲ ਸਰੀਰ ਦਾ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ ਮੈਨਿੰਜਾਈਟਿਸ ਨਾਮ ਦੀ ਬਿਮਾਰੀ ਦੇ ਨਾਲ ਦਿਮਾਗ ਪ੍ਰਭਾਵਿਤ ਹੁੰਦਾ ਵਾ ਨੈਕਸਟ ਕੁਐਸਚਨ ਮਨੁੱਖੀ ਸਰੀਰ ਵਿੱਚ ਖੂਨ ਦੇ ਥੱਕੇ ਨਾ ਬਣਨ ਦਾ ਮੁੱਖ ਕਾਰਨ ਕੀ ਹੈ ਹੈਪਰਿਨ ਦੀ ਮਯੂਦਗੀ ਹਾਂਜੀ ਹਾਈਡਰੋਸਕੋਪ ਇੱਕ ਅਜਿਹਾ ਯੰਤਰ ਹੈ ਜੋ ਡੈਂਸ਼ ਲਈ ਵਰਤਿਆ ਜਾਂਦਾ ਹੈ। ਹਾਂਜੀ ਹਾਈਡਰੋਸਕੋਪ ਇੱਕ ਇਦਾਂ ਦਾ ਯੰਤਰ ਹੈ ਜਿਹੜਾ ਪਾਣੀ ਦੇ ਹੇਠਾਂ ਆਵਾਜ਼ ਦੇ ਲਈ ਵਰਤਿਆ ਜਾਂਦਾ ਹੈ। ਨੈਕਸਟ ਕੁਐਸ਼ਨ ਡੈਂਸ਼ ਦੀ ਵਰਤੋਂ ਕਰਕੇ ਮਨੁੱਖਾਂ ਵਿੱਚ ਬਲੱਡ ਪ੍ਰੈਸ਼ਰ ਮਾਪਿਆ ਜਾਂਦਾ ਹੈ। ਹਾਂਜੀ ਸਫਿਗੂ ਸਫਿਗਮੋ ਮੋਨੋਮੀਟਰ ਦੀ ਵਰਤੋਂ ਕਰਕੇ ਮਨੁੱਖਾਂ ਦੇ ਵਿੱਚ ਜਿਹੜਾ ਬਲੱਡ ਪ੍ਰੈਸ਼ਰ ਉਹ ਮਾਪਿਆ ਜਾਂਦਾ ਵਾ। ਨੈਕਸਟ ਕੁਐਸ਼ਨ ਹੈ ਜੀ ਪਾਇਰੋਰੀਆ ਦੀ ਇੱਕ ਬਿਮਾਰੀ ਹੈ ਹਾਂਜੀ ਪਾਇਰੋਰੀਆ ਇੱਕ ਮਸੂੜਿਆਂ ਦੀ ਬਿਮਾਰੀ ਹੈ ਮਸੂੜਿਆਂ ਦੀ ਠੀਕ ਹੈ ਜੀਵਨ ਦੇ ਭੌਤਿਕ ਪੜਾਣ ਨੂੰ ਕੀ ਕਿਹਾ ਜਾਂਦਾ ਹੈ ਜੀਵਨ ਦੇ ਭੌਤਿਕ ਪੜਾਣ ਨੂੰ ਪ੍ਰੋਟੋਪਲਾਜ਼ਮ ਕਿਹਾ ਜਾਂਦਾ ਹੈ ਨੈਕਸਟ ਕੁਐਸ਼ਨ ਸਭ ਤੋਂ ਵੱਡਾ ਮਨੁੱਖੀ ਸੈੱਲ ਕਿਹੜਾ ਹੈ ਹਾਂਜੀ ਸਭ ਤੋਂ ਵੱਡਾ ਮਨੁੱਖੀ ਸੈੱਲ ਅੰਡ ਕੋਸ ਹੈ ਨੈਕਸਟ ਕੁਐਸ਼ਨ ਹੈ ਜੀ ਸਭ ਤੋਂ ਲੰਮਾ ਸੈੱਲ ਕਿਹੜਾ ਹੈ ਤਾਂ ਸਭ ਤੋਂ ਲੰਮਾ ਮਨੁੱਖੀ ਸੈੱਲ ਨਰਵ ਸੈੱਲ ਹੈ ਹਾਂਜੀ RBC ਯਾਨੀ ਕਿ ਰੈੱਡ ਬਲੱਡ ਸੈੱਲ ਦਾ ਜੀਵਨ ਕਾਲ ਕੀ ਹੈ ਵੀ ਇਹ ਬਾਰ ਦੇ ਟੈਂਡ ਦੇ ਪੇਪਰਾਂ ਦੇ ਵਿੱਚ ਵੀ ਆ ਚੁੱਕਿਆ ਵਾ RBC ਦਾ ਜੀਵਨ ਕਾਲ 120 ਦਿਨ ਦਾ ਹੁੰਦਾ ਵਾ ਠੀਕ ਹੈ ਤੇ WBC ਯਾਨੀ ਕਿ ਵਾਈਟ ਬਲੱਡ ਸੈੱਲ ਦਾ ਜੀਵਨ ਕਾਲ ਕਿੰਨਾ ਹੁੰਦਾ 2 ਤੋਂ 15 ਦਿਨ ਦਾ ਹੁੰਦਾ ਵਾ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ 2 ਤੋਂ 15 ਦਿਨਾਂ ਦਾ ਵਾਈਟ ਬਲੱਡ ਸੈੱਲ ਦਾ ਕਾਰਜਕਾਲ ਜੀਵਨ ਕਾਲ ਹੁੰਦਾ ਵਾ ਅਤੇ ਆਰ ਬੀ ਸੀ ਦਾ 120 ਦਿਨਾਂ ਦਾ ਜੀਵਨ ਕਾਲ ਹੁੰਦਾ ਨੈਕਸਟ ਕੁਐਸਚਨ ਮਨੁੱਖੀ ਸਰੀਰ ਵਿੱਚ ਪਸਲੀਆਂ ਦੀ ਗਿਣਤੀ ਕਿੰਨੀ ਹੁੰਦੀ ਆ ਹਾਂਜੀ ਮਨੁੱਖੀ ਸਰੀਰ ਦੇ ਵਿੱਚ ਪਸਲੀਆਂ ਦੀ ਗਿਣਤੀ 24 ਹੁੰਦੀ ਆ ਜੇਕਰ ਤੁਹਾਨੂੰ ਇਹ ਪੁੱਛ ਲਿਆ ਜਾਵੇ ਕਿ ਮਨੁੱਖੀ ਸਰੀਰ ਵਿੱਚ ਪਸਲੀਆਂ ਦੇ ਕਿੰਨੇ ਜੋੜੇ ਹੁੰਦੇ ਹਨ ਤਾਂ ਫਿਰ ਤੁਸੀਂ 12 ਲਿਖੋਗੇ ਠੀਕ ਹੈ ਕੁਐਸਚਨ ਨੂੰ ਧਿਆਨ ਨਾਲ ਪੜ੍ਹ ਕੇ ਟਿਕ ਕਰਨਾ ਨੈਕਸਟ ਕੁਐਸ਼ਨ ਹਾਰਮੋਨ ਡੈਸ਼ ਦੁਆਰਾ ਪੈਦਾ ਕੀਤੇ ਜਾਂਦੇ ਹਨ ਹਾਂਜੀ ਐਂਡੋਕ੍ਰੀਨ ਗ੍ਰੰਥੀਆਂ ਦੁਆਰਾ ਹਾਰਮੋਨ ਪੈਦਾ ਕੀਤੇ ਜਾਂਦੇ ਆ ਨੈਕਸਟ ਕੁਐਸ਼ਨ ਆ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਮਾਸਟਰ ਗਲੈਂਡ ਹੈ ਹਾਂਜੀ ਪਿਟਿਊਟਰੀ ਗਲੈਂਡ ਆ ਜਿਹੜੀ ਇਹ ਮਾਸਟਰ ਗਲੈਂਡ ਆ ਨੈਕਸਟ ਕੁਐਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਅਸ਼ੁੱਧ ਖੂਨ ਲੈ ਕੇ ਜਾਂਦਾ ਹੈ ਹਾਂਜੀ ਅਸ਼ੁੱਧ ਖੂਨ ਲੈ ਕੇ ਜਾਂਦਾ ਵਾ ਪਲਮਨਰੀ ਆਰਟਰੀ ਹਾਂਜੀ ਸਲਫਿਉਰਿਕ ਐਸਿਡ ਦਾ ਫਾਰਮੂਲਾ ਸਲਫਿਉਰਿਕ ਐਸਿਡ ਦਾ ਫਾਰਮੂਲਾ ਵਾ H2SO4 ਨੈਕਸਟ ਕੁਐਸ਼ਨ ਸੋਡੀਅਮ ਧਾਤ ਰੱਖੀ ਜਾਂਦੀ ਹੈ ਮਿੱਟੀ ਦਾ ਤੇਲ ਠੀਕ ਹੈ ਸੋਡੀਅਮ ਧਾਤ ਕਿੱਥੇ ਰੱਖੀ ਜਾਂਦੀ ਹੈ ਮਿੱਟੀ ਦਾ ਤੇਲ ਨੈਕਸਟ ਕੁਐਸ਼ਨ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਡੈਸ਼ ਵਿੱਚ ਕੀਤੀ ਜਾਂਦੀ ਹੈ ਖਾਦ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਖਾਦ ਦੇ ਵਿੱਚ ਕੀਤੀ ਜਾਂਦੀ ਹੈ ਨੈਕਸਟ ਕੁਐਸ਼ਨ ਵਾਜੂ ਮੰਡਲ ਦੀ ਉਯੋਨ ਪਰਤ ਸਾਨੂੰ ਕਿਸ ਤੋਂ ਬਚਾਉਂਦੀ ਹੈ ਹਾਂਜੀ ਬਾਜੂ ਮੰਡਲ ਦੀ ਉਯੋਗ ਪਰਤ ਸਾਨੂੰ ਅਲਟਰਾਵਾਇਲਟ ਤੋਂ ਬਚਾਉਂਦੀ ਆ ਠੀਕ ਹੈ ਅਲਟਰਾਵਾਇਲਟ ਜੋਨ ਪਰਤ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਪਰავੈਂਗਣੀ ਕਿਰਨਾਂ ਤੋਂ ਬਚਾਉਂਦੀ ਆ ਨੈਕਸਟ ਕੁਐਸ਼ਨ ਇਨ੍ਹਾਂ ਵਿੱਚੋਂ ਕਿਸ ਨੂੰ ਕਾਰਬੋਨਿਕ ਐਸਿਡ ਵੀ ਕਿਹਾ ਜਾਂਦਾ ਹੈ ਹਾਂਜੀ ਇਨ੍ਹਾਂ ਦੇ ਵਿੱਚੋਂ ਫੀਨੋਲ ਨੂੰ ਕਾਰਬੋਨਿਕ ਐਸਿਡ ਕਿਹਾ ਜਾਂਦਾ ਵਾ ਨੈਕਸਟ ਕੁਐਸ਼ਨ ਸਰਦੀਆਂ ਦੇ ਮੌਸਮ ਵਿੱਚ ਉਨੀ ਕੱਪੜੇ ਪਾਉਣ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਉਨੀ ਕੱਪੜੇ ਗਰਮੀ ਦੇ ਅਯੋਗ ਸੰਚਾਲਕਾ ਨੈਕਸਟ ਕੁਐਸ਼ਨ ਹਰ ਕਿਰਿਆ ਲਈ ਬਰਾਬਰ ਅਤੇ ਉਲਟ ਪ੍ਰਤੀਕਿਰਿਆ ਹੁੰਦੀ ਆ ਹਰ ਕਿਰਿਆ ਦੇ ਲਈ ਬਰਾਬਰ ਅਤੇ ਉਲਟ ਪ੍ਰਤੀਕਿਰਿਆ ਹੁੰਦੀ ਹੈ ਨਿਊਟਨ ਦਾ ਕਿਹੜਾ ਲਾਅ ਆ ਇਹ ਨਿਊਟਨ ਦਾ ਤੀਜਾ ਨਿਯਮ ਆ ਠੀਕ ਹੈ ਤੋ ਤੀਜਾ ਨਿਯਮ ਕੈਲਵਿਨ ਥਰਮੋਮੀਟਰ ਵਿੱਚ ਬਰਫ਼ ਦਾ ਪਿਗਲਣ ਦਾ ਬਿੰਦੂ ਕੀ ਆ ਹਾਂਜੀ ਕੈਲਵਿਨ ਥਰਮੋਮੀਟਰ ਦੇ ਵਿੱਚ ਬਰਫ਼ ਦਾ ਪਿਗਲਣ ਦਾ ਬਿੰਦੂ 0 ਡਿਗਰੀ ਕੈਲਵਿਨ ਹੈ ਨੈਕਸਟ ਕੁਐਸ਼ਨ ਸੂਰਜ ਚੜ੍ਹਨ ਅਤੇ ਡੁੱਬਣ ਵੇਲੇ ਲਾਲ ਦਿਖਾਈ ਦਿੰਦਾ ਹੈ ਕਿਉਂਕਿ ਕਿਉਂਕਿ ਲਾਲ ਰੰਗ ਦਾ ਸਭ ਤੋਂ ਘੱਟ ਖਿਲਾਰਾ ਹੁੰਦਾ ਹੈ ਨੈਕਸਟ ਕੁਐਸ਼ਨ ਸਰੀਰ ਵਿੱਚ ਚਿੱਟੇ ਰਕਤਾਣੂਆਂ ਦਾ ਮੁੱਖ ਕੰਮ ਕੀ ਆ ਹਾਂਜੀ ਸਰੀਰ ਦੇ ਵਿੱਚ ਚਿੱਟੇ ਰਕਤਾਣੂਆਂ ਦਾ ਯਾਨੀ ਕਿ ਵਾਈਟ ਬਲੱਡ ਸੈੱਲ ਦਾ ਮਹੱਤਵ ਆ ਸਾਨੂੰ ਬਿਮਾਰੀਆਂ ਤੋਂ ਬਚਾਉਣਾ ਮਨੁੱਖੀ ਸਰੀਰ ਦਾ ਕਿੰਨਾ ਹਿੱਸਾ ਪਾਣੀ ਦੁਬਾਰਾ ਬਣਦਾ ਹੈ ਹਾਂਜੀ ਮਨੁੱਖੀ ਸਰੀਰ ਦਾ 65% ਹਿੱਸਾ ਵਾ ਜਿਹੜਾ ਇਹ ਪਾਣੀ ਦੁਬਾਰਾ ਬਣਦਾ ਹੈ ਪਾਣੀ ਤੁਹਾਨੂੰ ਸਵੇਰੇ ਉੱਠ ਕੇ ਜਰੂਰ ਪੀਣਾ ਚਾਹੀਦਾ ਵਾ ਠੀਕ ਹੈ ਜਿਹੜਾ ਵੀ ਪਾਣੀ ਤੁਸੀਂ ਪੀਨੇ ਹੋ ਡੇਲੀ ਤੁਸੀਂ ਜਿਹੜਾ ਪਾਣੀ ਵਰਤਦੇ ਹੋ ਜਰੂਰੀ ਨਹੀਂ ਕਹੀ ਲੋ ਕਹਿ ਦਿੰਦੇ ਆ ਕਿ ਸਾਡੇ ਜਿਹੜਾ ਫਿਲਟਰ ਦਾ ਪਾਣੀ ਆ ਜਾਂ ਨਹੀਂ ਗਾਣਾ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਹੁੰਦਾ ਕਿ ਜਿਹੜਾ ਪਾਣੀ ਤੁਸੀਂ ਡੇਲੀ ਪੀਨੇ ਹੋ ਉਹੀ ਪਾਣੀ ਸਵੇਰ ਨੂੰ ਉੱਠ ਕੇ ਪੀ ਸਕਦੇ ਹੋ ਤੁਸੀਂ ਜਰੂਰੀ ਨਹੀਂ ਆ ਕਿ ਤੁਸੀਂ ਐ ਵੈਸਤਾ ਮੈਂ ਤਾਂ ਹੀ ਕਹੂੰਗੀ ਕਿ ਸਾਫ਼ ਪਾਣੀ ਹੀ ਪੀਣਾ ਚਾਹੀਦਾ ਵਾ ਪਰ ਜਿਹੜਾ ਵੀ ਤੁਹਾਡੇ ਘਰ ਹੈ ਤੁਸੀਂ ਵਰਤਦੇ ਹੋ ਉਹੀ ਪਾਣੀ ਤੁਸੀਂ ਪੀ ਸਕਦੇ ਹੋ ਹਾਂਜੀ ਮਨੁੱਖੀ ਸਰੀਰ ਦੇ ਕਿਹੜੇ ਹਿੱਸੇ ਵਿੱਚ ਸਭ ਤੋਂ ਛੋਟੀਆਂ ਹੱਡੀਆਂ ਹੁੰਦੀਆਂ ਹਨ ਹਾਂਜੀ ਮਨੁੱਖੀ ਸਰੀਰ ਦੇ ਵਿੱਚ ਸਭ ਤੋਂ ਛੋਟੀ ਹੱਡੀ ਹੁੰਦੀ ਹੈ ਕੰਨ ਦੇ ਵਿੱਚ ਮਨੁੱਖੀ ਸਰੀਰ ਵਿੱਚ ਮਾਸਪੇਸ਼ੀਆਂ ਦੇ ਸਭ ਤੋਂ ਛੋਟੇ ਸਮੂਹ ਕਿੱਥੇ ਪਾਏ ਜਾਂਦੇ ਆ ਰਾਈਟ ਆਨਸਰ ਹੈ ਜੀ ਕੰਨ ਸਾਡੇ ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹੜਾ ਹੈ? ਹਾਂਜੀ ਸਾਡੇ ਸਰੀਰ ਦਾ ਜਾਂ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਚਮੜੀ। ਸਾਡੇ ਸਰੀਰ ਵਿੱਚ ਸਭ ਤੋਂ ਸਖਤ ਪਦਾਰਥ ਕੀ ਹੈ? ਹਾਂਜੀ ਸਾਡੇ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਸਖਤ ਪਦਾਰਥ ਦੰਦਾਂ ਦੀ ਪਰਲੀ। ਇੱਕ ਹੀਮੋਗਲੋਬਿਨ ਅਣੂ ਆਕਸੀਜਨ ਦੇ ਕਿੰਨੇ ਅਣੂ ਲੈ ਸਕਦਾ ਹੈ? ਹਾਂਜੀ ਇੱਕ ਹੀਮੋਗਲੋਬਿਨ ਅਣੂ ਆਕਸੀਜਨ ਦੇ 4 ਅਣੂ ਲੈ ਸਕਦਾ ਹੈ। ਨੈਕਸਟ ਕੁਐਸ਼ਨ ਨੀਂਦ ਮਨੁੱਖੀ ਦਿਮਾਗ ਦੇ ਕਿਹੜੇ ਹਿੱਸੇ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ ਹਾਂਜੀ ਨੀਂਦ ਮਨੁੱਖੀ ਸਰੀਰ ਦੇ ਸੁਪਰਾਚੀਐਸਮੈਟਿਕ ਨਿਊਕਲੀਅਸ ਦੇ ਹਿੱਸੇ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਆ ਨੈਕਸਟ ਕੁਐਸ਼ਨ ਹੈ ਜੀ ਉਸ ਸਪੇਸ ਦਾ ਕੀ ਨਾਮ ਹੈ ਜੋ ਕਿ ਨਾੜੀ ਵਰਗੀ ਇੱਕ ਨਲੀਦਾਰ ਬੰਤਰ ਦੇ ਅੰਦਰ ਮੌਜੂਦ ਹੈ ਹਾਂਜੀ ਜਿਹੜੀ ਜਿਹੜੀ ਨਾੜੀ ਵਰਗੀ ਇੱਕ ਨਲੀਦਾਰ ਬੰਤਰ ਦੇ ਅੰਦਰ ਮੌਜੂਦ ਹੁੰਦੀ ਹੈ ਉਹ ਸਪੇਸ ਦਾ ਨਾਮ ਕੀ ਆ ਲੂਮੇਨ ਨੈਕਸਟ ਕੁਐਸਚਨ ਔਸਤ ਮਨੁੱਖੀ ਦਿਮਾਗ ਵਿੱਚ ਕਿੰਨੇ ਨਿਊਰਨ ਹੁੰਦੇ ਹਨ ਹਾਂਜੀ ਔਸਤ ਮਨੁੱਖੀ ਸਰੀਰ ਵਿੱਚ ਸਿਆਸੀ ਨਿਊਰਨ ਹੁੰਦੇ ਆ ਕਿਹੜੀ ਤਮਣੀ ਸਾਡੀਆਂ ਬਾਹਾਂ ਵਿੱਚ ਲਹੂ ਦਾ ਮੁੱਖ ਸਰੋਤ ਬਣਦੀ ਆ ਹਾਂਜੀ ਬ੍ਰੈਚੀਅਲ ਆਰਟਰੀ ਸਾਡੀਆਂ ਇਹ ਸਾਡੀ ਧਮਣੀ ਹੈ ਜਿਹੜੀਆਂ ਬਾਹਾਂ ਦੇ ਵਿੱਚ ਲਹੂ ਦਾ ਮੁੱਖ ਸਰੋਤ ਬਣਦੀ ਆ ਨੈਕਸਟ ਕੁਐਸ਼ਨ ਆ ਜੀ ਐਕਸਲਰੀ ਆਰਟਰੀ ਕਿਸ ਮਾਸਪੇਸੀ ਦੇ ਹੇਠੋਂ ਲੰਘਦੀ ਆ ਹਾਂਜੀ ਐਕਸਲਰੀ ਆਰਟਰੀ ਪੈਕਟੋਰਾਲਿਸ ਨਾਬਾਲਗ ਮਾਸਪੇਸੀ ਦੇ ਹੇਠੋਂ ਦੀ ਲੰਘਦੀ ਆ ਨੈਕਸਟ ਕੁਐਸ਼ਨ ਮਨੁੱਖੀ ਦਿਮਾਗ ਦੇ ਦੋ ਗੋਲਾਕਾਰ ਕਿਸ ਨਾਲ ਜੁੜੇ ਹੁੰਦੇ ਹਨ हां जी ਮਨੁੱਖੀ ਦਿਮਾਗ ਦੇ ਦੋ ਗੋਲਾਕਾਰ ਕਾਰਪਸ ਕੈਲੋਸਮ ਦੇ ਨਾਲ ਜੁੜੇ ਹੁੰਦੇ ਆ ਨੈਕਸਟ ਕੁਐਸਚਨ ਕਿਸ ਖੂਨ ਦੀ ਕਿਸਮ ਵਿੱਚ ਕੋਈ ਐਂਟੀਜਨ ਨਹੀਂ ਹੈ हां जी ਖੂਨ ਦੀ ਇੱਕ ਕਿਸਮ ਆ ਬਲੱਡ ਟਾਈਪ O हां जी ਕਿਹੜੀ ਆ O ਠੀਕ ਹੈ ਜਿਹੜੀ O ਕਿਸਮ ਹੁੰਦੀ ਆ ਉਹਦੇ ਵਿੱਚ ਕੋਈ ਐਂਟੀਜਨ ਨਹੀਂ ਹੈ ਦਿਲ ਦੀ ਸਭ ਤੋਂ ਮੋਟੀ ਕੰਦ ਕਿਹੜੀ ਆ हां जी ਦਿਲ ਦੀ ਸਭ ਤੋਂ ਮੋਟੀ ਕੰਦ ਖੱਬਾ ਵੈਂਕ वेंट्रिकल ਠੀਕ ਹੈ ਖੱਬਾ ਵੈਂਟ੍ਰਿਕਲ ਸਾਡੀਆਂ ਹੱਡੀਆਂ ਦੇ ਗਠਨ ਲਈ ਕਿਹੜਾ ਖਣਿਜ ਜ਼ਿੰਮੇਵਾਰਾ ਕੈਲਸ਼ੀਅਮ ਨੈਕਸਟ ਕੁਐਸ਼ਨ ਮਨੁੱਖੀ ਸਰੀਰ ਵਿੱਚ ਕਿਹੜੀਆਂ ਮਾਸਪੇਸ਼ੀਆਂ ਦਾ ਸਮੂਹ ਕਦੇ ਆਰਾਮ ਨਹੀਂ ਕਰਦਾ ਹਾਂਜੀ ਦਿਲ ਦੀਆਂ ਮਾਸਪੇਸ਼ੀਆਂ ਦਾ ਸਮੂਹ ਕਦੇ ਵੀ ਆਰਾਮ ਨਹੀਂ ਕਰਦਾ ਅਸੀਂ 1 ਮਿੰਟ ਵਿੱਚ ਚਮੜੀ ਦੇ ਕਿੰਨੇ ਮਰੇ ਹੋਏ ਸੈੱਲ ਕੱਢਦੇ ਹਾਂ ਹਾਂਜੀ ਅਸੀਂ 1 ਮਿੰਟ ਦੇ ਵਿੱਚ ਚਮੜੀ ਦੇ ਮਰੇ ਹੋਏ ਸੈੱਲ ਕੱਢਦੇ ਹਾਂ ਲਗਭਗ 30000 ਹਾਰਮਹੀਂ ਨੇਮਨੁੱਖੀ ਸਰੀਰ ਦਾ ਕਿਹੜਾ ਅੰਗ ਬਦਲਿਆ ਜਾਂਦਾ ਹੈ ਹਾਂਜੀ ਹਾਰਮਹੀਂ ਨੇਮਨੁੱਖੀ ਸਰੀਰ ਦਾ ਕਿਹੜਾ ਅੰਗ ਬਦਲਦਾ ਰਹਿੰਦਾ ਵਾ ਚਮੜੀ ਬਦਲਦੀ ਰਹਿੰਦੀ ਆ ਹਾਂਜੀ ਨੈਕਸਟ ਕੁਐਸ਼ਨ ਔਸਤਨ ਬਨੌਖ ਆਪਣੀ ਜੀਵਨ ਕਾਲ ਵਿੱਚ ਕਿੰਨੀ ਚਮੜੀ ਬਹੋਂਦਾ ਹੈ ਹਾਂਜੀ ਔਸਤਨ ਬਨੌਖ ਆਪਣੀ ਜੀਵਨ ਕਾਲ ਦੇ ਵਿੱਚ ਲਗਭਗ 2 ਕਿਲੋਗ੍ਰਾਮ ਚਮੜੀ ਬਹੋਂਦਾ ਹੈ ਨੈਕਸਟ ਕੁਐਸ਼ਨ ਉੱਚ ਮਾਨਸਿਕ ਗਤੀਵਿਧੀਆਂ ਦਿਮਾਗ ਦੇ ਕਿਹੜੇ ਹਿੱਸੇ ਦੁਆਰਾ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ ਹਾਂਜੀ ਉੱਚਾ ਮਾਨਸਿਕ ਗਤੀਵਿਧੀਆਂ ਦਿਮਾਗ ਦੇ ਫਰੰਟਲ ਲੋਬ ਹਿੱਸੇ ਦੁਆਰਾ ਨਿਰੰਤਰਿਤ ਕੀਤੀਆਂ ਜਾਂਦੀਆਂ ਨੇਕਸਟ ਕੁਐਸਚਨ ਪਾਣੀ ਸਾਡੇ ਦਿਮਾਗ ਦਾ ਕਿੰਨਾ ਹਿੱਸਾ ਰੱਖਦਾ ਹੈ ਹਾਂਜੀ ਪਾਣੀ ਸਾਡੇ ਦਿਮਾਗ ਦਾ 80% ਤੋਂ 85% ਹਿੱਸਾ ਰੱਖਦਾ ਹੈ ਨੈਕਸਟ ਵਰਸ਼ਨ ਸਾਡੇ ਸਰੀਰ ਦੇ ਭਾਰ ਦਾ ਕਿੰਨਾ ਹਿੱਸਾ ਸਿਰਫ ਖੂਨ ਹਾਂਜੀ ਸਾਡੇ ਸਰੀਰ ਦੇ ਭਾਰ ਦਾ 8% ਹਿੱਸਾ ਸਿਰਫ ਬਲੱਡ ਦਾ ਨੈਕਸਟ ਵਰਸ਼ਨ ਬਾਲਗ ਸਰੀਰ ਵਿੱਚ ਕਿੰਨਾ ਖੂਨ ਹੁੰਦਾ ਹੈ? ਹਾਂਜੀ ਬਾਲਗ ਸਰੀਰ ਦੇ ਵਿੱਚ ਲਗਭਗ 1.325 ਗੈਲਨ ਖੂਨ ਹੁੰਦਾ ਹੈ। ਨੈਕਸਟ ਕੁਐਸ਼ਨ ਕਿਹੜੇ ਖੂਨ ਦੇ ਸੈੱਲਾਂ ਦਾ ਨਿਊਕਲੀਅਸ ਨਹੀਂ ਹੁੰਦਾ? ਹਾਂਜੀ ਰੈੱਡ ਬਲੱਡ ਸੈੱਲ ਦਾ ਨਿਊਕਲੀਅਸ ਨਹੀਂ ਹੁੰਦਾ। ਨੈਕਸਟ ਕੁਐਸ਼ਨ ਸਾਡੇ ਸਰੀਰ ਵਿੱਚ ਸਾਡੀਆਂ ਖੂਨ ਦੀਆਂ ਨਾੜੀਆਂ ਦੀ ਕੁੱਲ ਲੰਬਾਈ ਕਿੰਨੀ ਆ? ਹਾਂਜੀ ਸਾਡੇ ਸਰੀਰ ਦੇ ਵਿੱਚ ਸਾਡੀਆਂ ਖੂਨ ਦੀਆਂ ਨਾੜੀਆਂ ਦੀ ਕੁੱਲ ਲੰਬਾਈ 1 ਲੱਖ ਕਿਲੋਮੀਟਰ ਆ। ਨੈਕਸਟ ਵਰਸ਼ਨ ਗੱਟ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ਹਾਂਜੀ ਗੱਟ ਦੇ ਵਿੱਚ 54 ਹੱਡੀਆਂ ਹੁੰਦੀਆਂ ਨੇ ਸਾਡੇ ਸਰੀਰ ਦੀ ਇੱਕੋ ਇੱਕ ਹੱਡੀ ਕਿਹੜੀ ਆ ਜੋ ਕਿਸੇ ਹੋਰ ਨਾਲ ਨਹੀਂ ਜੁੜੀ ਹੋਈ ਹਾਂਜੀ ਹਾਈ ਆਰਡ ਨਾਮ ਦੀ ਇਦਾਂ ਦੀ ਹੱਡੀ ਆ ਜਿਹੜੀ ਕਿਸੇ ਹੋਰ ਨਾਲ ਨਹੀਂ ਜੁੜੀ ਹੋਈ ਠੀਕ ਹੈ ਇਹ ਜੂ ਸ਼ੇਪ ਦੀ ਹੁੰਦੀ ਆ ਜਿਹੜੀ ਸਾਡੇ ਗਲ ਦੇ ਵਿੱਚ ਹੁੰਦੀ ਆ ਆਸਤਨ ਹੱਡੀ ਨੂੰ ਠੀਕ ਕਰਨ ਲਈ ਕਿੰਨਾ ਸਮਾਂ ਲੱਗਦਾ ਹੈ ਹਾਂਜੀ ਆਸਤਨ ਹੱਡੀ ਨੂੰ ਠੀਕ ਕਰਨ ਦੇ ਲਈ ਲਗਭਗ 12 ਹਫ਼ਤੇ ਲੱਗਦੇ ਆ ਨੈਕਸਟ ਕੁਐਸ਼ਨ ਸਾਡੀਆਂ ਹੱਡੀਆਂ ਨੂੰ ਭਰਨ ਵਾਲੇ ਸੰਬੰਧੀ ਪਦਾਰਥ ਦਾ ਕੀ ਨਾਮ ਹੈ ਹਾਂਜੀ ਸਾਡੀਆਂ ਹੱਡੀਆਂ ਨੂੰ ਭਰਨ ਵਾਲੇ ਸੰਬੰਧੀ ਪਦਾਰਥ ਦਾ ਨਾਮ ਕੈਲਕਲਸ ਆ ਨੈਕਸਟ ਕੁਐਸ਼ਨ ਸਰੀਰ ਦਾ ਕਿਹੜਾ ਹਿੱਸਾ ਸਾਡੀਆਂ ਹੱਡੀਆਂ ਨਾਲੋਂ ਮਜ਼ਬੂਤ ਆ ਹਾਂਜੀ ਸਰੀਰ ਦਾ ਸਾਡੇ ਜਿਹੜੇ ਦੰਦ ਆ ਉਹ ਸਾਡੀਆਂ ਹੱਡੀਆਂ ਨਾਲੋਂ ਜ਼ਿਆਦਾ ਮਜ਼ਬੂਤ ਆ ਸਾਡਾ ਸਰੀਰ ਔਸਤਨ ਪ੍ਰਤੀ ਦਿਨ ਕਿੰਨਾ ਪਾਣੀ ਘਟਦਾ ਹੈ ਹਾਂਜੀ ਸਾਡਾ ਸਰੀਰ ਔਸਤਨ ਪ੍ਰਤੀ ਦਿਨ ਲਗਭਗ 2 ਲੀਟਰ ਪਾਣੀ ਘਟ ਜਾਂਦਾ ਹੈ ਦਿਮਾਗ ਤੋਂ ਨਸਾਂ ਦੇ ਪ੍ਰਭਾਵ ਕਿਸ ਗਤੀ ਨਾਲ ਭੇਜੇ ਜਾਂਦੇ ਆ ਹਾਂਜੀ ਦਿਮਾਗ ਤੋਂ ਨਸਾਂ ਦੇ ਪ੍ਰਭਾਵ ਲਗਭਗ 274 ਕਿਲੋਮੀਟਰ ਪ੍ਰਤੀ ਘੰਟਾ ਗਤੀ ਦੇ ਨਾਲ ਭੇਜੇ ਜਾਂਦੇ ਆ ਨੈਕਸਟ ਕੁਐਸਚਨ ਸਾਡੇ ਔਸਤ ਜੀਵਨ ਕਾਲ ਦੌਰਾਨ ਸਾਡੇ ਦਿਲ ਦੁਆਰਾ ਕਿੰਨੇ ਲੀਟਰ ਖੂਨ ਨੂੰ ਪੰਪ ਕੀਤਾ ਜਾਂਦਾ ਹੈ ਹਾਂਜੀ ਸਾਡੇ ਜੀਵਨ ਕਾਲ ਦੌਰਾਨ ਜਿਹੜਾ ਸਾਡੇ ਸਰੀਰ ਦੁਆਰਾ ਕਿੰਨੇ ਲੀਟਰ ਖੂਨ ਨੂੰ ਪੰਪ ਕੀਤਾ ਜਾਂਦਾ ਹੈ ਲਗਭਗ 182 ਮਿਲੀਲੀਟਰ ਨੂੰ ਮਿਲੀਅਨ ਲੀਟਰ ਨੂੰ ਠੀਕ ਹੈ ਕਿਸੇ ਵੀ ਸਮੇ ਸਾਡੇ ਸਰੀਰ ਵਿੱਚ ਕਿੰਨੇ ਪਾਚਕ ਕਿਰਿਆਸ਼ੀਲ ਹੁੰਦੇ ਹਨ ਹਾਂਜੀ ਸਾਡੇ ਸਮੇ ਸਾਡੇ ਸਰੀਰ ਦੇ ਵਿੱਚ ਪਾਚਕ ਕਿਰਿਆਸ਼ੀਲ ਘੱਟੋ ਘੱਟ 700 ਹੁੰਦੇ ਆ ਸਾਡੇ ਸਰੀਰ ਵਿੱਚ ਕਿਹੜੀ ਮਾਸਪੇਸ਼ੀ ਸਭ ਤੋਂ ਜ਼ਿਆਦਾ ਮਜ਼ਬੂਤ ਆ ਜੀਵ ਹਾਂਜੀ ਜੀ ਸਾਡੇ ਸਰੀਰ ਦੀ ਮਾਸਪੇਸ਼ੀ ਸਭ ਤੋਂ ਜ਼ਿਆਦਾ ਮਜ਼ਬੂਤ ਆ ਇੱਕ ਬਾਲਗ ਦੇ ਦਿਲ ਦਾ ਭਾਰ ਕਿੰਨਾ ਹੁੰਦਾ ਹੈ ਹਾਂਜੀ ਇੱਕ ਬੱਚੇ ਦੇ ਦਿਲ ਦਾ ਭਾਰ ਹੁੰਦਾ ਲਗਭਗ 220 ਤੋਂ 260 ਗ੍ਰਾਮ ਨੈਕਸਟ ਵਰਸ਼ਨ ਪੇਟ ਦੇ ਕਿਹੜੇ ਸਿਲਨ ਦੁਆਰਾ ਪੈਦਾ ਹੁੰਦਾ ਹੈ ਹਾਂਜੀ ਇੱਥੇ ਤੁਹਾਡਾ ਕੁਐਸਚਨ ਦੇ ਵਿੱਚ ਮਿਸਟੇਕ ਆ ਸੋਰੀ ਕੁਐਸ਼ਨ ਦੇ ਵਿੱਚ ਨਹੀਂ ਮਿਸਟੇਕ ਇੱਥੇ ਕੁਐਸ਼ਨ ਹੈ ਕਿ ਐਚ ਸੀ ਐਲ ਪੇਟ ਦੇ ਕਿਹੜੇ ਸੈੱਲਾਂ ਦੁਆਰਾ ਪੈਦਾ ਹੁੰਦਾ ਹੈ ਹਾਂਜੀ ਐਚ ਸੀ ਐਲ ਦੀ ਫੁੱਲ ਫਾਰਮ ਸਭ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣੀ ਹੋਵੇਗੀ ਐਚ ਸੀ ਐਲ ਪੇਟ ਦੇ ਓਕਸੀਨੋਟਿਕ ਸੈੱਲਾਂ ਤੋਂ ਪੈਦਾ ਹੁੰਦਾ ਹੈ ਨੈਕਸਟ ਕੁਐਸ਼ਨ ਪੀਲੀਆਤੀ ਬਿਮਾਰੀ ਕਿਸ ਬਿਮਾਰੀ ਦੇ ਵਿਗਾੜ ਦਾ ਕਾਰਨ ਬਣਦੀ ਆ ਹਾਂਜੀ ਪੀਲੀਆ ਦੀ ਬਿਮਾਰੀ ਪਾਚਨ ਪ੍ਰਣਾਲੀ ਦੇ ਵਿਗਾੜ ਦਾ ਕੰਮ ਬਣਦੀ ਆ ਨੈਕਸਟ ਕੁਐਸ਼ਨ ਕਾਰਨ ਬਣਦੀ ਆ ਸਾਡੇ ਫੇਫੜਿਆਂ ਨੂੰ ਢੱਕਣ ਵਾਲੀ ਛਿੱਲੀ ਦਾ ਕੀ ਨਾਮ ਹੈ ਹਾਂਜੀ ਜਿਹੜੀ ਸਾਡੇ ਫੇਫੜਿਆਂ ਨੂੰ ਛਿੱਲੀ ਢੱਕਦੀ ਆ ਪ੍ਰਿਓਲਰ ਮੈਂਬਰੇਨ ਆ ਉਹਦਾ ਨਾਮ ਠੀਕ ਹੈ ਨੈਕਸਟ ਵਰਸ਼ਨ ਛੋਟੀ ਅੰਤੜੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਹਾਂਜੀ ਛੋਟੀ ਅੰਤੜੀ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਕਿਹੜੇ-ਕਿਹੜੇ ਤਿੰਨ ਦੇ ਵਿੱਚ ਵੰਡਿਆ ਜਾਂਦਾ ਵਾ ਡਿਊਡਨਲ ਸੌਰੀ ਡਿਊਡਨਮ ਜੈਜਨਮ ਅਤੇ ਆਇਲੀਅਮ ਤਿਲੀ ਦੇ ਸਾਈਨਸ ਕਿਸ ਨਾਲ ਭਰੇ ਹੁੰਦੇ ਹਨ ਹਾਂਜੀ ਤਿੱਲੀ ਦੇ ਸਾਈਨਸ ਖੂਨ ਦੇ ਨਾਲ ਭਰੇ ਹੁੰਦੇ ਆ ਨੈਕਸਟ ਕੁਐਸ਼ਨ ਸਾਡੇ ਦਿਲ ਦੇ ਚੱਕਰ ਦੀ ਔਸਤ ਮਿਆਦ ਕੀ ਆ ਹਾਂਜੀ ਸਾਡੇ ਦਿਲ ਦੇ ਚੱਕਰ ਦੀ ਔਸਤ ਮਿਆਦ 0.8 ਸੈਕਿੰਡ ਆ ਨੈਕਸਟ ਕੁਐਸ਼ਨ ਕਾਰਡੀਅਕ ਸੰਚਾਲਨ ਪ੍ਰਣਾਲੀ ਦੇ ਗ੍ਰਾਫਿਕ ਚਿੱਤਰ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਕਾਰਡੀਅਕ ਸੰਚਾਲਨ ਪ੍ਰਣਾਲੀ ਦੇ ਗ੍ਰਾਫਿਕ ਚਿੱਤਰ ਨੂੰ ਕੀ ਕਿਹਾ ਜਾਂਦਾ ਹੈ ਇਲੈਕਟ੍ਰੋਕਾਰਡੀਓਗ੍ਰਾਮ ਜਿਗਰ ਵਿੱਚ ਪਿੱਤ ਲੂਣ ਦੁਆਰਾ ਕਿਹੜਾ ਐਂਜ਼ਾਈਮ ਕਿਰਿਆਸ਼ੀਲ ਹੁੰਦਾ ਹੈ ਲਿਪੇਸ ਨੈਕਸਟ ਵਰਸ਼ਨ ਜਿਗਰ ਸਾਡੇ ਸਰੀਰ ਵਿੱਚ ਕਿਹੜੇ ਵਿਟਾਮਿਨ ਦੇ ਉਤਪਾਦਨ ਲਈ ਜ਼ਿੰਮੇਵਾਰਾ ਹਾਂਜੀ ਵਿਟਾਮਿਨ ਏ ਦੇ ਲਈ ਜ਼ਿੰਮੇਵਾਰਾ ਜਿਗਰ ਵਿਟਾਮਿਨ ਏ ਦੇ ਉਤਪਾਦਨ ਦੇ ਲਈ ਨੈਕਸਟ ਵਰਸ਼ਨ ਸਾਡੀਆਂ ਅੱਖਾਂ ਕਿੰਨੇ ਵੱਖ-ਵੱਖ ਕਿਸਮਾਂ ਦੇ ਰੰਗਾਂ ਨੂੰ ਵੱਖ ਕਰ ਸਕਦੀਆਂ ਹਨ ਹਾਂਜੀ ਲਗਭਗ 10 ਮਿਲੀਅਨ ਰੰਗਾਂ ਨੂੰ ਵੱਖ ਕਰ ਸਕਦੀਆਂ ਨੇ ਸਾਡੀਆਂ ਅੱਖਾਂ ਨੈਕਸਟ ਵਰਸ਼ਨ ਜਦੋਂ ਅਸੀਂ ਮੁਸਕਰਾਉਂਦੇ ਹਾਂ ਤਾਂ ਅਸੀਂ ਕਿੰਨੀਆਂ ਮਾਸਪੇਸ਼ੀਆਂ ਦੀ ਵਰਤੋਂ ਕਰਦੇ ਹਾਂ 17 ਕੀ ਸਾਡੀਆਂ ਅੱਖਾਂ ਖੁੱਲੀਆਂ ਰੱਖ ਕੇ ਛਿੱਕਣਾ ਸੰਭਵ ਹੈ ਨਹੀਂ ਅਸੀਂ ਅੱਖਾਂ ਖੁੱਲੀਆਂ ਰੱਖ ਕੇ ਛਿੱਕ ਨਹੀਂ ਸਕਦੇ ਹੁਣ ਤੁਸੀਂ ਸ਼ੱਕ ਮਾਰ ਕੇ ਦੇਖ ਲੈਣਾ ਨੈਕਸਟ ਵਰਸ਼ਨ ਸਾਡੇ ਨੱਕ ਕਿੰਨੀਆਂ ਵੱਖ-ਵੱਖ ਕਿਸਮਾਂ ਦੀਆਂ ਗੰਦਾਂ ਦਾ ਪਤਾ ਲਗਾ ਸਕਦੇ ਹਨ हां जी ਜਿਹੜਾ ਸਾਡਾ ਨੱਕ ਹੁੰਦਾ ਕਿੰਨੀਆਂ ਉਹ ਸਮੀਲਾਂ ਦਾ ਪਤਾ ਲਗਾ ਸਕਦਾ ਵਾ ਲਗਭਗ ਇੱਕ ਟ੍ਰਿਲੀਅਨ ਦਾ ਨੈਕਸਟਵਰਸ਼ਨ ਹਾਰਮੋਨ ਮੈਲਾਟੋਨਿਨ ਨੂੰ ਸੋਰੀ ਦੁਸ਼ਪਾਉਣ ਵਾਲਾ ਗਲੈਂਡ ਦਾ ਨਾਮ ਕੀ ਆ ਹਾਰਮੋਨ ਮੈਲਾਟੋਨਿਨ ਨੂੰ ਛਪਾਉਣ ਵਾਲੇ ਗਲੈਂਡ ਦਾ ਨਾਮ ਆ ਪਾਈਨਲ ਗਲੈਂਡ ਨੈਕਸਟਵਰਸ਼ਨ ਸਾਡੇ ਸਰੀਰ ਵਿੱਚ ਆਸਤਨ ਕਿੰਨਾ ਲੂਣ ਹੁੰਦਾ ਹੈ ਹਾਂਜੀ ਸਾਡੇ ਸਰੀਰ ਦੇ ਵਿੱਚ ਆਸਤਨ ਲਗਭਗ 2650 ਗ੍ਰਾਮ ਲੂਣ ਹੁੰਦਾ ਵਾ ਨੈਕਸਟ ਕੁਐਸ਼ਨ ਇੱਕ ਬਾਲਗ ਵਿੱਚ ਛੋਟੀ ਆੰਦਰ ਦੀ ਲੰਬਾਈ ਕਿੰਨੀ ਹੁੰਦੀ ਆ 7 ਮੀਟਰ ਹੁੰਦੀ ਆ ਨੈਕਸਟ ਵਰਸ਼ਨ ਇੱਕ ਨਾਮਜਮੇ ਬੱਚੇ ਵਿੱਚ ਹੱਡੀਆਂ ਦੀ ਅੰਦਾਜ਼ਨ ਗਿਣਤੀ ਕਿੰਨੀ ਹੁੰਦੀ ਆ ਹਾਂਜੀ ਇੱਕ ਨਾਮਜਮੇ ਬੱਚੇ ਦੇ ਵਿੱਚ ਲਗਭਗ 300 ਹੱਡੀਆਂ ਹੁੰਦੀਆਂ ਨੇ ਨੈਕਸਟ ਵਰਸ਼ਨ ਸਰੀਰ ਵਿੱਚ ਸਭ ਤੋਂ ਮਜ਼ਬੂਤ ਹੱਡੀ ਕਿਹੜੀ ਹੁੰਦੀ ਆ ਜਵਾੜੇ ਠੀਕ ਹੈ ਜਵਾੜੇ ਦੇ ਵਿੱਚ ਹੁੰਦੀ ਆ ਨੈਕਸਟ ਵਰਸ਼ਨ ਮਨੁੱਖੀ ਸਰੀਰ ਦੇ ਕਿਹੜੇ ਹਿੱਸੇ ਦੀ ਸਭ ਤੋਂ ਲੰਬੀ ਹੱਡੀ ਹੁੰਦੀ ਆ? ਹਾਂਜੀ, ਪੱਟ ਦੇ ਵਿੱਚ ਸਭ ਤੋਂ ਲੰਬੀ ਹੱਡੀ ਪਾਈ ਜਾਂਦੀ ਆ। ਦੰਦਾਂ ਅਤੇ ਹੱਡੀਆਂ ਵਿੱਚ ਕਿਹੜੇ ਤੱਤ ਪਾਏ ਜਾਂਦੇ ਆ? ਕੈਲਸ਼ੀਅਮ ਅਤੇ ਫਾਸਫੋਰਸ। ਬੁਢਾਪੇ ਵਿੱਚ ਇਨਸਾਨ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਕਿਉਂਕਿ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਆ। ਨੈਕਸਟ ਵਰਸ਼ਨ ਮਨੁੱਖੀ ਸਰੀਰ ਦਾ ਕਿੰਨਾ ਸੋਨਾ ਪਾਇਆ ਜਾਂਦਾ ਹੈ? हां जी ਮਨੁੱਖੀ ਸਰੀਰ ਵਿੱਚ ਸੋਨਾ ਵੀ ਪਾਇਆ ਜਾਂਦਾ ਹੈ ਜੋ ਕਿ ਜ਼ਿਆਦਾਤਰ ਖੂਨ ਦੇ ਅੰਦਰ ਹੀ ਹੁੰਦਾ ਹੈ ਮਨੁੱਖੀ ਸਰੀਰ ਵਿੱਚ ਕੌਲ 0.2 ਮਿਲੀਗ੍ਰਾਮ ਸੋਨਾ ਹੁੰਦਾ ਵਾ ਚਾਂਦੀ ਸਾਡੇ ਸਰੀਰ ਵਿੱਚ ਵੀ ਪਾਈ ਜਾਂਦੀ ਹੈ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਨੈਕਸਟ ਵਰਸ਼ਨ ਮਨੁੱਖੀ ਸਰੀਰ ਵਿੱਚ ਇੱਕ ਵਾਰ ਦਿਲ ਨੂੰ ਧੜਕਣ ਵਿੱਚ ਕਿੰਨਾ ਸਮਾਂ ਲੱਗਦਾ 0.8 ਸੈਕਿੰਡ ਦਾ ਮਨੁੱਖੀ ਸਰੀਰ ਵਿੱਚ ਖੂਨ ਵਿੱਚੋਂ ਪੋਜਨ ਦੀ ਸਭ ਤੋਂ ਵੱਧ ਸਮਾਈ ਕਿੱਥੇ ਹੁੰਦੀ ਆ ਹਾਂਜੀ ਮਨੁੱਖੀ ਸਰੀਰ ਵਿੱਚ ਖੂਨ ਦੇ ਵਿੱਚ ਭੋਜਨ ਦੀ ਸਭ ਤੋਂ ਵੱਧ ਸਮਾਈ ਛੋਟੀਆਂ ਆੰਦਰ ਦੇ ਵਿੱਚ ਹੁੰਦੀ ਆ। ਛੋਟੀਆਂ ਅੰਦਰ ਨੈਕਸਟ ਵਰਸ਼ਨ ਆ ਜੀ ਮਨੁੱਖੀ ਸਰੀਰ ਵਿੱਚ ਖੂਨ ਨੂੰ ਸ਼ੁੱਧ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ ਮਨੁੱਖੀ ਸਰੀਰ ਦੇ ਵਿੱਚ ਜਿਹੜੀ ਖੂਨ ਦੀ ਸ਼ੁੱਧ ਕਰਨ ਦੀ ਪ੍ਰਕਿਰਿਆ ਵਾ ਉਹਨੂੰ ਡਾਇਲਿਸਿਸ ਕਿਹਾ ਜਾਂਦਾ ਵਾ। ਡਾਇਲਿਸਿਸ ਦੀ ਇਹ ਪ੍ਰਕਿਰਿਆ ਉਹਦੋਂ ਅਪਣਾਈ ਜਾਂਦੀ ਆ ਜਦੋਂ ਕਿਸੇ ਵਿਅਕਤੀ ਦੇ ਗੁਰਦੇ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਹੁੰਦੇ। ਕਈ ਵਾਰ ਕਿਡਨੀ ਨਾਲ ਸੰਬੰਧਿਤ ਬਿਮਾਰੀਆਂ ਸ਼ੂਗਰ ਦੇ ਗੰਭੀਰ ਮਰੀਜ਼ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਥਿਤੀਆਂ ਵਿੱਚ ਡਾਇਲਿਸਿਸ ਦੀ ਲੋੜ ਹੁੰਦੀ ਹੈ ਠੀਕ ਹੈ ਨੈਕਸਟ ਵਰਸ਼ਨ ਕਾਰਨੀਆ ਮਨੁੱਖੀ ਸਰੀਰ ਦਾ ਕਿਹੜਾ ਹਿੱਸਾ ਹੈ ਹਾਂਜੀ ਅੱਖਾਂ ਦਾ ਹਿੱਸਾ ਹੁੰਦਾ ਕਾਰਨੀਆ ਇਹ ਮਨੁੱਖੀ ਸਰੀਰ ਅੰਦਰ ਆਇਰਨ ਦੀ ਕਮੀ ਕਾਰਨ ਹੋਣ ਵਾਲੀ ਬਿਮਾਰੀਆਂ ਹਾਂਜੀ ਕਿਹੜੀ ਬਿਮਾਰੀ ਆਇਰਨ ਦੀ ਕਮੀ ਕਾਰਨ ਹੁੰਦੀ ਆ ਅਨੀਮੀਆ ਨਾਮ ਦੀ ਇਨ੍ਹਾਂ ਵਿੱਚੋਂ ਕਿਹੜਾ ਮਨੁੱਖੀ ਅੰਗ ਮਾਇੂਪੀਆ ਬਿਮਾਰੀ ਨਾਲ ਸੰਬੰਧਿਤ ਹੈ ਹਾਂਜੀ ਇਨ੍ਹਾਂ ਦੇ ਵਿੱਚੋਂ ਮਨੁੱਖੀ ਅੰਗ ਆ ਜਿਹੜਾ ਅੱਖਾ ਜਿਹੜਾ ਮਾਇੂਪੀਆ ਨਾਮ ਦੀ ਬਿਮਾਰੀ ਨਾਲ ਸੰਬੰਧਿਤ ਆ ਖੂਨ ਵਿੱਚ ਲਾਲ ਰੰਗ ਕਿਸ ਕਾਰਨ ਹੁੰਦਾ ਹੈ ਹਾਂਜੀ ਖੂਨ ਦਾ ਲਾਲ ਰੰਗ ਹੀਮੋਗਲੋਬਿਨ ਦੇ ਕਾਰਨ ਹੁੰਦਾ ਵਾ ਖੂਨ ਦੇ ਵਿੱਚ ਕਿਹੜੀ ਤਾਤ ਪਾਈ ਜਾਂਦੀ ਆ ਆਇਰਨ ਦੀ ਜਿਹਨੂੰ ਅਸੀਂ ਲੋਹਾ ਵੀ ਬੋਲ ਦਿੰਨੇ ਆ ਮਨੁੱਖੀ ਸਰੀਰ ਵਿੱਚ ਲਾਲ ਖੂਨ ਦੇ ਸੈੱਲ ਕਿੱਥੇ ਬਣਦੇ ਹਨ? ਹਾਂਜੀ ਮਨੁੱਖੀ ਸਰੀਰ ਦੇ ਵਿੱਚ ਜਿਹੜੇ ਰੈੱਡ ਬਲੱਡ ਸੈੱਲ ਆ ਕਿੱਥੇ ਬਣਦੇ ਆ? ਬੋਨ ਮੈਰੋ ਦੇ ਵਿੱਚ ਬਣਦੇ ਆ। ਨੈਕਸਟ ਕੁਐਸ਼ਨ ਮਨੁੱਖੀ ਸਰੀਰ ਵਿੱਚ ਖੂਨ ਦੀ ਸ਼ੁੱਧਤਾ ਕਿੱਥੇ ਹੁੰਦੀ ਆ? ਗੁਰਦੇ ਦੇ ਵਿੱਚ। ਹਾਂਜੀ ਕਿਸ ਵਿੱਚ ਯੂਰੀਆ ਦੀ ਸਭ ਤੋਂ ਵੱਧ ਮਾਤਰਾ ਹੁੰਦੀ ਆ? ਹਾਂਜੀ ਪਿਸ਼ਾਬ ਦੇ ਵਿੱਚ ਯੂਰੀਆ ਦੀ ਸਭ ਤੋਂ ਵੱਧ ਮਾਤਰਾ ਹੁੰਦੀ ਆ। ਨੈਕਸਟ ਕੁਐਸ਼ਨ ਹੈ ਜੀ ਮਨੁੱਖੀ ਸਰੀਰ ਦੀ ਅੱਖ ਦੇ ਕਿਹੜੇ ਹਿੱਸੇ ਵਿੱਚ ਵਸਤੂ ਦਾ ਚਿੱਤਰ ਬਣਦਾ ਹੈ? ਹਾਂਜੀ ਕਿਸੇ ਵੀ ਵਸਤੂ ਦਾ ਚਿੱਤਰ ਮਨੁੱਖੀ ਸਰੀਰ ਦੇ ਰਟੀਨਾ ਦੇ ਵਿੱਚ ਬਣਦਾ ਵਾ ਠੀਕ ਹੈ ਮਨੁੱਖੀ ਅੱਖ ਦੇ ਨੈਕਸਟ ਕੁਐਸ਼ਨ ਮਨੁੱਖੀ ਸਰੀਰ ਦਾ ਕਿਹੜਾ ਹਿੱਸਾ ਟਾਈਫਾਇਡ ਦੀ ਬਿਮਾਰੀ ਨਾਲ ਪ੍ਰਭਾਵਿਤ ਹੁੰਦਾ ਵਾ? ਹਾਂਜੀ ਟਾਈਫਾਇਡ ਦੀ ਬਿਮਾਰੀ ਦੇ ਨਾਲ ਪ੍ਰਭਾਵਿਤ ਹੁੰਦਾ ਵਾ ਅੰਤੜੀਆਂ ਅੰਤੜੀ ਇੱਕ ਬੈਟਰੀ ਵਿੱਚ ਕਿਹੜੀ ਊਰਜਾ ਬਿਜਲੀ ਊਰਜਾ ਵਿੱਚ ਬਦਲ ਜਾਂਦੀ ਹੈ? ਹਾਂਜੀ ਇੱਕ ਬੈਟਰੀ ਦੇ ਵਿੱਚ ਰਸਾਇਣਿਕ ਊਰਜਾ ਬਿਜਲੀ ਊਰਜਾ ਦੇ ਵਿੱਚ ਬਦਲ ਜਾਂਦੀ ਆ ਪਰਵੇਗ ਹਮੇਸ਼ਾ ਦੀ ਦਿਸ਼ਾ ਵਿੱਚ ਕੰਮ ਕਰਦਾ ਹੈ ਹਾਂਜੀ ਪਰਵੇਗ ਹਮੇਸ਼ਾ ਸੁੱਧ ਬਲ ਦੀ ਦਿਸ਼ਾ ਦੇ ਵਿੱਚ ਕੰਮ ਕਰਦਾ ਵਾ ਐਟਮ ਬੰਬ ਦੇ ਕੰਮ ਕਰਨ ਲਈ ਵਰਤਿਆ ਜਾਣ ਵਾਲਾ ਸਿਧਾਂਤ ਹੈ ਹਾਂਜੀ ਐਟਮ ਬੰਬ ਦੇ ਕੰਮ ਕਰਨ ਦੇ ਲਈ ਵਰਤਿਆ ਜਾਣ ਵਾਲਾ ਸਿਧਾਂਤ ਆ ਨਿਊਕਲੀਅਰ ਫਿਸ਼ਨ ਇਲੈਕਟ੍ਰੋਨਿਕ हां जी, हां जी इलेक्ट्रिक मोटर इलेक्ट्रिक ऊर्जा ਨੂੰ ਕਿਉਂ ਬਦਲਦੀ ਹੈ हां जी इलेक्ट्रिक मोटर इलेक्ट्रिक ऊर्जा ਨੂੰ ਕਿਉਂ ਬਦਲਦੀ ਆ इलेक्ट्रिक ऊर्जा ਤੋਂ ਮਕੈਨੀਕਲ ਊਰਜਾ ਨੂੰ ਸੌਰੀ ਮੈਂ ਇੱਥੇ ਕੁਐਸਚਨ ਗਲਤ ਬੋਲ ਦਿੱਤਾ इलेक्ट्रिक मोटर इलेक्ट्रिक ਊਰਜਾ ਨੂੰ ਕਿਹਦੇ ਵਿੱਚ ਬਦਲਦੀ ਆ इलेक्ट्रिक ਊਰਜਾ ਤੋਂ ਮਕੈਨੀਕਲ ਊਰਜਾ ਦੇ ਵਿੱਚ ਬਦਲਦੀ ਆ ਪ੍ਰਕਾਸ਼ ਵਿੱਚ ਯਾਤਰਾ ਕਰਦਾ ਹੈ हां जी ਕੌਣ ਕਰਦਾ ਹੈ ਸਿੱਧੀ ਲਾਈਨ ਪ੍ਰਕਾਸ਼ ਦੇ ਵਿੱਚ ਸਿੱਧੀ ਪ੍ਰਕਾਸ਼ ਸਿੱਧੀ ਲਾਈਨ ਵਿੱਚ ਯਾਤਰਾ ਕਰਦਾ ਹੈ। ਚੁੰਬਕ ਦੇ ਅੰਦਰ ਇੱਕ ਚੁੰਬਕੀ ਖੇਤਰ ਦੀ ਦਿਸ਼ਾ ਕੀ ਹੈ? ਹਾਂਜੀ ਚੁੰਬਕ ਦੇ ਅੰਦਰ ਇੱਕ ਚੁੰਬਕੀ ਖੇਤਰ ਦੀ ਦਿਸ਼ਾ ਦੱਖਣ ਤੋਂ ਉੱਤਰ ਵੱਲ ਆ। ਇੱਕ ਇਲੈਕਟ੍ਰਿਕ ਬਲਬ ਵਿੱਚ ਫਿਲਾਮੈਂਟ ਸਟ੍ਰਿੰਗ ਕਿਸ ਧਾਤ ਦੀ ਬਣੀ ਹੁੰਦੀ ਆ? ਟਾਂਗਸਟਨ ਦੀ। ਟਾਂਗਸਟਨ ਦੀ। ਨੈਕਸਟ ਕੁਐਸ਼ਨ ਮੋਟਰ ਬਾਣਾ ਵਿੱਚ ਡਰਾਈਵਰ ਦੀ ਸੀਟ ਦੇ ਨੇੜੇ ਕਿਸ ਕਿਸਮ ਦਾ ਸ਼ੀਸ਼ਾ ਵਰਤਿਆ ਜਾਂਦਾ ਹੈ? ਹਾਂਜੀ ਤੁਸੀਂ ਬੱਸਾਂ ਵਗੈਰਾ ਦੇਖਦੇ ਹੋਗੇ ਤਾਂ ਉਹਦੇ ਵਿੱਚ ਜਿਹੜੀ ਡਰਾਈਵਰ ਦੇ ਸੀਟ ਦੇ ਨੇੜੇ ਵਰਤਿਆ ਜਾਂ ਲੱਗਿਆ ਹੁੰਦਾ ਸ਼ੀਸ਼ਾ ਉਹਨੂੰ ਕੀ ਕਹਿੰਦੇ ਆ ਕਨਵੇਕਸ ਮਿਰਰ ਪੰਜਾਬੀ ਦੇ ਵਿੱਚ ਕੀ ਕਹਿੰਦੇ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਇੱਕ ਪਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਹਨ ਹਾਂਜੀ ਇੱਕ ਪਰਮਾਣੂ ਦੇ ਨਿਊਕਲੀਅਸ ਦੇ ਵਿੱਚ ਨਿਊਟ੍ਰੋਨ ਅਤੇ ਪ੍ਰੋਟੋਨ ਮੌਜੂਦ ਆ ਹਵਾ ਵਿੱਚ ਆਵਾਜ਼ ਦੀ ਗਤੀ ਕਿੰਨੀ ਹੁੰਦੀ ਆ ਹਾਂਜੀ ਹਵਾ ਦੇ ਵਿੱਚ ਆਵਾਜ਼ ਦੀ ਗਤੀ 332 ਮੀਟਰ ਪਰ ਸੈਕਿੰਡ ਹੁੰਦੀ ਆ ਨੈਕਸਟ ਕੁਐਸਚਨ ਤੁੰਦ ਦੇ ਦੌਰਾਨ ਦਿਖ ਘਟ ਜਾਂਦੀ ਹੈ ਇਹ ਕਿਸ ਵਰਤਾਰੇ ਕਾਰਨ ਹਾਂਜੀ ਤੁੰਦ ਦੇ ਦੌਰਾਨ ਦਿਖ ਘਟ ਜਾਂਦੀ ਹੈ ਇਹ ਰੋਸ਼ਨੀ ਦੇ ਖਿੰਡਣ ਦੇ ਕਾਰਨ ਆ ਨੈਕਸਟ ਵਰਸ਼ਨ ਪਰਮਾਣੂ ਰਿਕਟੇਰਾਂ ਵਿੱਚ ਸੰਚਾਲਕ ਵਜੋਂ ਕਿਹੜਾ ਤੱਤ ਵਰਤਿਆ ਜਾਂਦਾ ਹੈ ਹਾਂਜੀ ਪਰਮਾਣੂ ਰਿਕਟੇਰਾਂ ਵਿੱਚ ਸੰਚਾਲਕ ਵਜੋਂ ਗ੍ਰੇਫਾਈਟ ਦਾ ਤੱਤ ਵਰਤਿਆ ਜਾਂਦਾ ਹੈ ਰੇਡੀਓਐਕਟੀਵਿਟੀ ਦੀ ਇਕਾਈ ਕੀ ਆ ਹਾਂਜੀ ਰੇਡੀਓਐਕਟੀਵਿਟੀ ਦੀ ਇਕਾਈ ਆ ਕਿਊਰੀ ਨੈਕਸਟ ਵਰਸ਼ਨ ਕਿਸੇ ਵਸਤੂ ਨੂੰ ਧਰਤੀ ਦੇ ਵਾਯੂ ਮੰਡਲ ਤੋਂ ਬਚਣ ਲਈ ਕਿੰਨਾ ਬੈਗ ਪ੍ਰਾਪਤ ਕਰਨਾ ਪੈਂਦਾ ਹੈ ਹਾਂਜੀ ਕਿਸੇ ਵਸਤੂ ਨੂੰ ਧਰਤੀ ਦੇ ਵਾਯੂ ਮੰਡਲ ਤੋਂ ਬਚਣ ਦੇ ਲਈ 11.2 ਕਿਲੋਮੀਟਰ/ਸੈਕਿੰਡ ਦਾ ਬੇਗ ਪ੍ਰਾਪਤ ਕਰਨਾ ਪੈਂਦਾ ਹੈ। ਨੈਕਸਟ ਕੁਐਸ਼ਨ ਹੈ ਜੀ ਹਵਾਈ ਜਹਾਜ਼ਾਂ ਵਿੱਚ ਉਚਾਈ ਨੂੰ ਮਾਪਣ ਲਈ ਕਿਹੜਾ ਜੰਤਰ ਵਰਤਿਆ ਜਾਂਦਾ ਹੈ? ਹਾਂਜੀ ਹਵਾਈ ਜਹਾਜ਼ ਦੇ ਵਿੱਚ ਉਚਾਈ ਨੂੰ ਮਾਪਣ ਦੇ ਲਈ ਐਲਟੀਮੀਟਰ ਨਾਮ ਦਾ ਜੰਤਰ ਵਰਤਿਆ ਜਾਂਦਾ ਹੈ। ਨੈਕਸਟ ਕੁਐਸ਼ਨ ਪਾਣੀ ਦੀ ਸਤ੍ਹਾ ਦੇ ਤਣਾ ਦਾ ਕੀ ਹੁੰਦਾ ਹੈ ਜਦੋਂ ਇਸ ਵਿੱਚ ਇੱਕ ਡਿਟਰਜੈਂਟ ਜੋੜਿਆ ਜਾਂਦਾ ਹੈ? ਹਾਂਜੀ ਪਾਣੀ ਦੀ ਸਤ੍ਹਾ ਦਾ ਜਿਹੜਾ ਤਣਾਅ ਆ ਉਸ ਟਾਈਮ ਘਟਦਾ ਏ ਜਦੋਂ ਇਸ ਵਿੱਚ ਡਿਟਰਜੈਂਟ ਜੋੜਿਆ ਜਾਂਦਾ ਹੈ ਸੌਰੀ ਇੱਥੇ ਡਿਟਰਜੈਂਟ ਬੋਲਣਾ ਸੀ ਠੀਕ ਹੈ ਡਿਟਰਜੈਂਟ ਨੈਕਸਟ ਵਰਸ਼ਨ ਜੇਕਰ ਇੱਕ ਲਾਲ ਸ਼ੀਸ਼ੇ ਨੂੰ ਹਨੇਰੇ ਕਮਰੇ ਵਿੱਚ ਗਰਮ ਕੀਤਾ ਜਾਵੇ ਤਾਂ ਉਹ ਕਿਸ ਰੰਗ ਦਾ ਦਿਖਾਈ ਦੇਵੇਗਾ ਹਾਂਜੀ ਜਦੋਂ ਇੱਕ ਲਾਲ ਸ਼ੀਸ਼ੇ ਨੂੰ ਹਨੇਰੇ ਦੇ ਵਿੱਚ ਅਸੀਂ ਗਰਮ ਕਰਦੇ ਹਾਂ ਤਾਂ ਉਹ ਹਰੇ ਰੰਗ ਦਾ ਦਿਖਾਈ ਦੇਵੇਗਾ ਨੈਕਸਟ ਵਰਸ਼ਨ मैग्निफाइंग ग्लास ਕਿਸ ਕਿਸਮ ਦੇ ਲੈਸ ਤੋਂ ਬਣਿਆ ਹੈ ਕਨਵੈਕਸ ਲੈਸ ਤੋਂ ਬਣਿਆ ਹੈ ਜਦੋਂ ਇੱਕ ਗੇਂਦ ਨੂੰ ਉੱਪਰ ਵੱਲ ਸੁੱਟਿਆ ਜਾਂਦਾ ਹੈ ਤਾਂ ਇਸ ਦੇ ਪਰਵੇਗ ਦਾ ਕੀ ਹੁੰਦਾ ਹੈ ਇਸ ਥਿਰ ਰਹਿੰਦਾ ਵਾ ਖਾਸ ਪ੍ਰਤੀਰੋਧ ਦੀ ਇਕਾਈ ਕੀ ਆ ਹਾਂਜੀ ਖਾਸ ਪ੍ਰਤੀਰੋਧ ਦੀ ਇਕਾਈ ਆ ਮੀਟਰ ਪ੍ਰਕਾਸ਼ ਤਰੰਗਾਂ ਦੀ ਲੰਬਾਈ ਨੂੰ ਮਾਪਣ ਵਾਲੀ ਇਕਾਈ ਕੀ ਹੈ ਹਾਂਜੀ ਪ੍ਰਕਾਸ਼ ਤਰੰਗਾਂ ਦੀ ਲੰਬਾਈ ਨੂੰ ਮਾਪਣ ਵਾਲੀ ਇਕਾਈ ਐਂਗਸਟ੍ਰੋਮ ਆ ਇੱਕ ਇਲੈਕਟ੍ਰਿਕ ਹੀਟਰ ਵਿੱਚ ਤਾਜ ਕਿਸ ਤੋਂ ਬਣੀ ਹੁੰਦੀ ਆ? ਹਾਂਜੀ ਇੱਕ ਇਲੈਕਟ੍ਰਿਕ ਹੀਟਰ ਦੇ ਵਿੱਚ ਤਾਜ ਨਿਕਰੋਮ ਤੋਂ ਬਣੀ ਹੁੰਦੀ ਆ। ਨੈਕਸਟ ਕੁਐਸ਼ਨ ਸੋਨੋਗ੍ਰਾਫੀ ਦੌਰਾਨ ਕਿਹੜੀਆਂ ਤਰੰਗਾਂ ਦੀ ਵਰਤੋਂ ਕੀਤੀ ਜਾਂਦੀ ਆ? ਅਲਟਰਾਸਾਉਨਿਕ ਤਰੰਗਾਂ ਦੀ ਵਰਤੋਂ ਕੀਤੀ ਜਾਂਦੀ ਆ। ਡਾਈਡ ਵਲਮ ਦੀ ਖੋਜ ਦੁਆਰਾ ਕੀਤੀ ਗਈ ਸੀ। ਹਾਂਜੀ ਡਾਈਡ ਵਲਮ ਦੀ ਖੋਜ ਸਰ ਜੇ ਐਸ ਫਲੇਮਿੰਗ ਦੁਆਰਾ ਕੀਤੀ ਗਈ ਸੀ। ਨੈਕਸਟ ਵਰਸ਼ਨ ਪਰਮਾਣੂ ਰਿਕਟੇਅਰ ਵਿੱਚ ਸੰਚਾਲਕ ਵਜੋਂ ਕੀ ਵਰਤਿਆ ਜਾਂਦਾ ਹੈ ਹਾਂਜੀ ਪਰਮਾਣੂ ਰਿਕਟੇਅਰ ਦੇ ਵਿੱਚ ਸੰਚਾਲਕ ਦੇ ਵਜੋਂ ਡਿਊਟਰੀਅਸ ਸੌਰੀ ਡਿਊਟੇਰੀਅਮ ਆਕਸਾਈਡ ਵਰਤਿਆ ਜਾਂਦਾ ਹੈ ਠੀਕ ਹੈ ਪਰਮਾਣੂ ਰਿਕਟੇਅਰਸ ਵਿੱਚ ਸੰਚਾਲਕ ਵਜੋਂ ਡਿਊਟਰੀਅਸ ਸੌਰੀ ਡਿਊਟੇਰੀਅਮ ਆਕਸਾਈਡ ਵਰਤਿਆ ਜਾਂਦਾ ਹੈ ਜਿਹਨੂੰ ਸ਼ਾਰਟ ਦੇ ਵਿੱਚ ਡੀਓ2 ਵੀ ਲਿਖ ਦਿੰਦੇ ਆ ਠੀਕ ਹੈ ਸੌਰੀ ਡੀ2ਓ ਲਿਖ ਦਿੰਦੇ ਆ ਡੀ2ਓ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਕਮਰੇ ਦੇ ਤਾਪਮਾਨ ਤੇ ਕਿਹੜੀ ਧਾਤੂ ਤਰਲ ਅਵਸਥਾ ਵਿੱਚ ਹੁੰਦੀ ਆ ਹਾਂਜੀ ਗੈਲੀਅਮ ਨਾਮ ਦੀ ਧਾਤੂ ਆ ਜਿਹੜੀ ਤਰਲ ਅਵਸਥਾ ਦੇ ਵਿੱਚ ਹੁੰਦੀ ਆ ਕਮਰੇ ਦੇ ਤਾਪਮਾਨ ਤੇ ਨੈਕਸਟ ਕੁਐਸ਼ਨ ਤੱਤ ਗੈਰ ਤੱਤ ਹਣ ਹਾਂਜੀ ਇਲੈਕਟ੍ਰੋਨੈਗੇਟਿਵ ਤੱਤ ਆ ਜਿਹੜੇ ਗੈਰ ਤੱਤੂ ਆ ਨੈਕਸਟ ਕੁਐਸ਼ਨ ਨਕਲੀ ਰੇਸਮ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਨਕਲੀ ਰੇਸਮ ਰਿਆਨ ਨੂੰ ਕਿਹਾ ਜਾਂਦਾ ਹੈ ਹਾਂਜੀ ਨਾਈਟਰਸ ਆਕਸਾਈਡ ਇਹ ਤੁਸੀਂ ਯਾਦ ਰੱਖਣੇ ਇਹਦੇ ਜਿਹੜੇ ਸੂਤਰ ਆ N2O नाइट्रस ऑक्साइड ਨੂੰ ਵੀ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਲਾਫਿੰਗ ਗੈਸ ਨੈਕਸਟ ਵਰਸ਼ਨ ਵਾਟਰ ਪ੍ਰੂਫ ਕੱਪੜੇ ਤਿਆਰ ਕਰਨ ਲਈ ਕਿਹੜਾ ਮਿਸ਼ਰਣ ਵਰਤਿਆ ਜਾਂਦਾ ਹੈ ਹਾਂਜੀ ਵਾਟਰ ਪ੍ਰੂਫ ਕੱਪੜੇ ਤਿਆਰ ਕਰਨ ਦੇ ਲਈ ਕੈਲਸ਼ੀਅਮ ਹਾਈਡਰੋ ਹਾਈਡਰਾਈਡ ਵਰਤਿਆ ਜਾਂਦਾ ਹੈ ਨੈਕਸਟ ਕੁਐਸ਼ਨ ਕਿਹੜੀ ਨੋਬਲ ਗੈਸ ਨੂੰ ਅਜਨਵੀ ਗੈਸ ਵੀ ਕਿਹਾ ਜਾਂਦਾ ਹੈ ਹਾਂਜੀ ਐਕਸਨੋਨ ਗੈਸ ਨੂੰ ਅਜਨਵੀ ਗੈਸ ਵੀ ਕਿਹਾ ਜਾਂਦਾ ਹੈ ਕਿਸ ਐਸਿਡ ਨੂੰ ਵਿਟਰੀਆਲ ਦਾ ਤੇਲ ਵੀ ਕਿਹਾ ਜਾਂਦਾ ਹੈ ਸਲਫਿਉਰਿਕ ਐਸਿਡ ਨੂੰ ਵਿਟਰੀਆਲ ਦਾ ਤੇਲ ਵੀ ਕਿਹਾ ਜਾਂਦਾ ਹੈ ਨੈਕਸਟ ਵਰਸ਼ਨ ਪੈਰਾਸੂਟ ਬਣਾਉਣ ਲਈ ਕਿਹੜਾ ਪੋਲੀਮੈਰਿਕ ਪਦਾਰਥ ਵਰਤਿਆ ਜਾਂਦਾ ਹੈ ਹਾਂਜੀ ਪੈਰਾਸੂਟ ਬਣਾਉਣ ਦੇ ਲਈ ਬਿਸਕੋਸ ਪੋਲੀਮੈਰਿਕ ਪਦਾਰਥ ਵਰਤਿਆ ਜਾਂਦਾ ਨੈਕਸਟ ਵਰਸ਼ਨ ਤੇਜ਼ਾਬੀ ਵਰਖਾ ਉਦੋਂ ਹੁੰਦੀ ਹੈ ਜਦੋਂ ਹਵਾ ਗੈਸਾਂ ਦੁਆਰਾ ਕੀ ਹੁੰਦੀ ਆ ਕਿਹੜੀਆਂ ਗੈਸਾਂ ਦੁਆਰਾ ਹੁੰਦੀ ਆ ਨਾਈਟਰਸ ਆਕਸਾਈਡ ਅਤੇ ਸਲਫਰ ਆਕਸਾਈਡ ਕਾਰਨ ਸੌਰੀ ਨਾਈਟਰਸ ਆਕਸਾਈਡ ਅਤੇ ਸਲਫਰ ਡਾਈਆਕਸਾਈਡ ਕਾਰਨ ਹਾਂਜੀ ਅਲੂਮੀਨੀਅਮ ਕਿਸ ਤਾਂ ਤੋਂ ਕੱਢਿਆ ਜਾਂਦਾ ਹੈ ਅਲੂਮੀਨੀਅਮ ਬਾਕਸਾਈਟ ਤਾਂ ਤੋਂ ਕੱਢਿਆ ਜਾਂਦਾ ਹੈ ਗੁਬਾਰਿਆਂ ਨੂੰ ਭਰਨ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਆ ਜਾਂ ਗੁਬਾਰਿਆਂ ਨੂੰ ਭਰਨ ਲਈ ਵਰਤੀ ਜਾਂਦੀ ਗੈਸ ਕਿਹੜੀ ਆ ਹੀਲੀਅਮ ਹੀਲੀਅਮ ਗੈਸ ਆ ਜਿਹੜੀ ਗੁਬਾਰੇ ਦੇ ਵਿੱਚ ਭਰੀ ਜਾਂਦੀ ਆ ਨੈਕਸਟ ਵਰਸ਼ਨ ਵਿਟਾਮਿਨ ਡੀ ਲਈ ਸਭ ਤੋਂ ਵਧੀਆ ਸਰੋਤ ਹਨ ਸੂਰਜ ਦੀ ਰੋਸ਼ਨੀ ਅਤੇ ਮੱਛੀ ਦਾ ਜਿਗਰ ਕਿਹੜੀ ਗੈਸ ਬਾਇਓ ਗੈਸ ਦਾ ਮੁੱਖ ਹਿੱਸਾ ਹੈ ਹਾਂਜੀ ਮੀਥੇਨ ਗੈਸਾਂ ਜਿਹੜੀ ਇਹ ਬਾਇਓ ਗੈਸ ਦਾ ਮੁੱਖ ਹਿੱਸਾ ਹੈ ਕੁਦਰਤ ਵਿੱਚ ਪਾਇਆ ਜਾਣ ਵਾਲਾ ਕਾਰਬਨ ਦਾ ਸਭ ਤੋਂ ਸ਼ੁੱਧ ਰੂਪ ਆ ਹੀਰਾ ਹਾਂਜੀ ਕੁਦਰਤ ਦੇ ਵਿੱਚ ਕਾਰਬਨ ਦਾ ਸ਼ੁੱਧ ਰੂਪ ਹੀਰਾ ਪਾਇਆ ਜਾਂਦਾ ਹੈ ਵਾਸ਼ਿੰਗ ਸੋਡਾ ਦਾ ਰਸਾਇਣਿਕ ਨਾਮ ਕੀ ਹੈ ਹਾਂਜੀ ਵਾਸ਼ਿੰਗ ਸੋਡਾ ਦਾ ਪ੍ਰਸਾਇਣਿਕ ਨਾਮ ਆ ਸੋਡੀਅਮ ਕਾਰਬੋਨੇਟ ਨੈਕਸਟ ਕੁਐਸਚਨ क्रोमिक एसिड ਦਾ ਰਸਾਇਣਿਕ ਨਾਮ ਕੀ ਆ क्रोमिक एसिड ਦਾ ਰਸਾਇਣਿਕ ਨਾਮ ਆ ਕਰੋਮੀਅਮ ਟ੍ਰਾਈਆਕਸਾਈਡ ਫੋਟੋਗ੍ਰਾਫੀ ਵਿੱਚ ਫਿਕਸਰ ਵਜੋਂ ਕਿਹੜਾ ਰਸਾਇਣ ਵਰਤਿਆ ਜਾਂਦਾ ਹੈ ਹਾਂਜੀ ਫੋਟੋਗ੍ਰਾਫੀ ਦੇ ਵਿੱਚ ਫਿਕਸਰ ਦੇ ਵਜੋਂ ਕਿਹੜਾ ਰਸਾਇਣ ਵਰਤਿਆ ਜਾਂਦਾ ਹੈ ਹਾਂਜੀ ਫੋਟੋਗ੍ਰਾਫੀ ਦੇ ਵਿੱਚ ਫਿਕਸਰ ਵਜੋਂ ਸੋਡੀਅਮ ਥਿਉਸਲਫੇਟ ਦਾ ਰਸਾਇਣ ਵਰਤਿਆ ਜਾਂਦਾ ਹੈ ਕਿਹੜੇ ਵਿਟਾਮਿਨ ਵਿੱਚ ਕੋਆਲਟ ਹੁੰਦਾ ਹੈ ਵਿਟਾਮਿਨ B12 ਦੇ ਵਿੱਚ ਨੈਕਸਟ ਵਰਸ਼ਨ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਵਰਤੇ ਜਾਣ ਵਾਲੇ ਸਭ ਤੋਂ ਆਮ ਪ੍ਰਜ਼ਰਵੇਟਿਵਾਂ ਵਿੱਚੋਂ ਇੱਕ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਵੈਨਜ਼ੋਇਕ ਐਸਿਡ ਤਾਂਬਾ ਕਿਸ ਤੋਂ ਕੱਢਿਆ ਜਾਂਦਾ ਹੈ ਹਾਂਜੀ ਤਾਂਬਾ ਜਾਂ ਕਾਪਰ ਕਿਸ ਤੋਂ ਕੱਢਿਆ ਜਾਂਦਾ ਹੈ ਪਾਈਰਾਈਟ ਤੋਂ ਨੈਕਸਟ ਵਰਸ਼ਨ ਆਂਡੇ ਦਾ ਖੋਲ ਕਿਸ ਤੋਂ ਬਣਿਆ ਹੁੰਦਾ ਹੈ ਹਾਂਜੀ ਅੰਡੇ ਦਾ ਜਿਹੜਾ ਖੋਲ ਹੁੰਦਾ ਉਹ ਕਿਸ ਤੋਂ ਬਣਿਆ ਹੁੰਦਾ ਵਾ ਕੈਲਸ਼ੀਅਮ ਕਾਰਬੋਨੇਟ ਤੋਂ ਕਿਹੜੇ ਵਿਟਾਮਿਨ ਚਰਬੀ ਵਿੱਚ ਘੁਲਣਸ਼ੀਲ ਹਨ ਹਾਂਜੀ ਵਿਟਾਮਿਨ A D E ਅਤੇ K ਇਹ ਚਰਬੀ ਦੇ ਵਿੱਚ ਘੁਲਣਸ਼ੀਲਾ ਨੈਕਸਟ ਵਰਸ਼ਨ ਪ੍ਰਯੋਗਸ਼ਾਲਾ ਵਿੱਚ ਸੰਸਲੇਸ਼ਨ ਵਾਲਾ ਪਹਿਲਾ ਜੈਵਿਕ ਮਿਸ਼ਨਨ ਕਿਹੜਾ ਸੀ ਅਤੇ ਉਹ ਕਿਸ ਦੁਆਰਾ ਕੀਤਾ ਗਿਆ ਸੀ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਹਾਂਜੀ ਹਾਂਜੀ ਪਰਜੋਗਸਾਲਾ ਵਿੱਚ ਸੋਸ਼ੀਲੇਸ਼ਨ ਵਾਲਾ ਪਹਿਲਾ ਜੈਵਿਕ ਮਿਸ਼ਰਣ ਫਰੀਡਰਿਡ ਬੋਹਲਰਸੀ ਅਤੇ ਯੂਰੀਆ ਦੇ ਦੁਆਰਾ ਕੀਤਾ ਗਿਆ ਸੀ ਫਿਊਜ਼ ਤਾਰ ਦਾ ਬਣਿਆ ਹੁੰਦਾ ਹੈ ਹਾਂਜੀ ਫਿਊਜ਼ ਤਾਰ ਦਾ ਕੀ ਬਣਿਆ ਹੁੰਦਾ ਹੈ ਲੀਡ ਅਤੇ ਟੀਨ ਨੈਕਸਟਵਰਸ਼ਨ ਕਿਸ ਦੀ ਵਰਤੋਂ ਗੈਲਵਨਾਈਜ਼ਡ ਆਇਰਨ ਨੂੰ ਕੋਟ ਕਰਨ ਲਈ ਕੀਤੀ ਜਾਂਦੀ ਹੈ ਜ਼ਿੰਕ ਦੀ ਵਰਤੋਂ ਜ਼ਿੰਕ ਦੀ ਵਰਤੋਂ ਗੈਲਵਨਾਈਜ਼ਡ ਆਇਰਨ ਨੂੰ ਕੋਟ ਕਰਨ ਲਈ ਕੀਤੀ ਜਾਂਦੀ ਹੈ ਨੈਕਸਟ ਕੁਐਸ਼ਨ ਸਮੁੰਦਰੀ ਗੋਤਾਖੋਰਾਂ ਦੁਆਰਾ ਪਾਣੀ ਦੇ ਅੰਦਰ ਸਾਹ ਲੈਣ ਲਈ ਕਿਹੜੀਆਂ ਗੈਸਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਸਮੁੰਦਰੀ ਗੋਤਾਖੋਰਾਂ ਦੁਆਰਾ ਪਾਣੀ ਦੇ ਅੰਦਰ ਸਾਹ ਲੈਣ ਦੇ ਲਈ ਆਕਸੀਜਨ ਅਤੇ ਹੀਲੀਅਮ ਦੀ ਵਰਤੋਂ ਕੀਤੀ ਜਾਂਦੀ ਹੈ ਲੋਹਾ ਕਿਸ ਧਾਤ ਵਿੱਚੋਂ ਕੱਢਿਆ ਜਾਂਦਾ ਹੈ ਹੈਮੇਟਾਈਟ ਵਿੱਚੋਂ ਕੱਢਿਆ ਜਾਂਦਾ ਹੈ ਮਿੱਟੀ ਦਾ ਤੇਲ ਦਾ ਮਿਸ਼ਰਣ ਹੈ ਹਾਂਜੀ ਮਿੱਟੀ ਦੇ ਤੇਲ ਦਾ ਮਿਸ਼ਰਣ ਕੀ ਆ ਅਲੀਫੈਟਿਕ ਹਾਈਡਰੋਕਾਰਬਨ ਲੀਡ ਪੈਨਸਲ ਬਣਾਉਣ ਲਈ ਕਿਹੜਾ ਤੱਤ ਵਰਤਿਆ ਜਾਂਦਾ ਹੈ ਗ੍ਰੇਫਾਈਟ ਸਭ ਤੋਂ ਹਲਕਾ ਧਾਤ ਹੈ ਲੀਥੀਅਮ ਹਾਂਜੀ ਲੀਥੀਅਮ ਧਾਤ ਆ ਜਿਹੜੀ ਸਭ ਤੋਂ ਹਲਕੀ ਆ ਮਰਕਰੀ ਦਾ ਮੁੱਖ ਧਾਤ ਆ ਸਿਨਾਵਰ ਸਿਨਾਵਰ ਮਰਕਰੀ ਦਾ ਮੁੱਖ ਧਾਤ ਆ ਕਿਹੜੀ ਧਾਤੂ ਧਰਤੀ ਦੀ ਪਰਤ ਵਿੱਚ ਸਭ ਤੋਂ ਵੱਧ ਅਨੁਪਾਤ ਵਿੱਚ ਪਾਈ ਜਾਂਦੀ ਹੈ? ਹਾਂਜੀ, ਐਲੂਮੀਨੀਅਮ ਨਾਮ ਦੀ ਜਿਹੜੀ ਧਾਤੂ ਹੈ ਧਰਤੀ ਦੀ ਪਰਤ ਵਿੱਚ ਸਭ ਤੋਂ ਵੱਧ ਅਨੁਪਾਤ ਦੇ ਵਿੱਚ ਪਾਈ ਜਾਂਦੀ ਹੈ। ਨੇਲ ਨੇਲ ਪਾਲਿਸ਼ ਰਿਮੂਵਰ ਵਿੱਚ ਕਿਸ ਮਿਸ਼ਰਣ ਦੀ ਵਰਤੋਂ ਕੀਤੀ ਜਾਂਦੀ ਹੈ? ਐਸੀਟੋਨ ਦੀ। ਐਸੀਟੋਨ ਦੀ ਵਰਤੋਂ ਕੀਤੀ ਜਾਂਦੀ ਹੈ ਨੇਲ ਪਾਲਿਸ਼ ਰਿਮੂਵਰ ਦੇ ਵਿੱਚ। ਕੁਦਰਤੀ ਰਬੜ ਤੋਂ ਲਿਆ ਗਿਆ ਇੱਕ ਪੋਲੀਮਰ ਹੈ। ਹਾਂਜੀ, ਆਈਸੋਪਰੀਨ ਕੁਦਰਤੀ ਰਬੜ ਤੋਂ ਲਿਆ ਗਿਆ ਇੱਕ ਪੋਲੀਮਰ ਹੈ। ਨੈਕਸਟ ਕੁਐਸ਼ਨ ਸੂਰਜ ਦੀ ਸਤਾ ਤੇ ਨਿਊਕਲੀਅਰ ਫਿਊਜ਼ਨ ਦੇ ਨਤੀਜੇ ਵਜੋਂ ਪਰਮਾਣੂ ਬਣਦੇ ਹਨ ਹਾਂਜੀ ਸੂਰਜ ਦੀ ਸਤਾ ਤੇ ਹੀਲੀਅਮ ਨਿਊਕਲੀਅਰ ਫਿਊਜ਼ਨ ਦੇ ਨਤੀਜੇ ਵਜੋਂ ਪਰਮਾਣੂ ਬਣਦੇ ਆ ਧਾਤਾਂ ਦੇ ਆਕਸਾਈਡ ਹਨ ਖਾਰੀ ਹਾਂਜੀ ਧਾਤਾਂ ਦੇ ਆਕਸਾਈਡ ਖਾਰੀ ਆ ਪੈਰਾਫਿਨ ਮੋਮ ਹੈ ਹਾਂਜੀ ਪੈਰਾਫਿਨ ਮੋਮ ਇੱਕ ਸੰਤਰਪਿਤ ਹਾਈਡਰੋਕਾਰਬਨ ਆ ਨੈਕਸਟ ਕੁਐਸ਼ਨ ਪੈਟਰੋਲੀਅਮ ਫੋਲਿਸ ਫਿਊਲ ਕਿਸ ਕਿਸਮ ਦੀਆਂ ਚਟਾਨਾਂ ਦੇ ਵਿੱਚ ਪਾਇਆ ਜਾਂਦਾ ਹੈ ਤਲ ਛਟ ਚਟਾਨਾਂ ਦੇ ਵਿੱਚ ਕਿਸ ਨੂੰ ਵਾਈਟ 골ਡ ਵੀ ਕਿਹਾ ਜਾਂਦਾ ਹੈ ਪਲੇਟਿਨਮ ਕੈਂਸਰ ਦੇ ਇਲਾਜ ਵਿੱਚ ਕਿਹੜਾ ਰੇਡੀਓ ਐਕਟਿਵ ਆਈਸੋਟੋਪ ਵਰਤਿਆ ਜਾਂਦਾ ਹੈ ਕੋਬਾਲਟ 60 ਕੈਂਸਰ ਦੇ ਇਲਾਜ ਵਿੱਚ ਰੇਡੀਓ ਐਕਟਿਵ ਆਈਸੋਟੋਪ ਵਰਤਿਆ ਜਾਂਦਾ ਵਾ ਕੋਬਾਲਟ 60 ਸਾਰੇ ਐਸਿਡ ਲਈ ਆਮ ਤਤ ਹੈ ਹਾਈਡਰੋਜਨ ਨੈਕਸਟ ਕੁਐਸ਼ਨ ਅਲੋਇੰਗ ਆਇਰਨ ਅਤੇ ਕ੍ਰੋਮੀਅਮ ਦੁਆਰਾ ਬਣਾਇਆ ਗਿਆ ਹੈ ਸਟੇਨਲੈਸ ਸਟੀਲ ਨੈਕਸਟ ਵਰਸ਼ਨ ਕਲੋਰੋਫਿਲ ਵਿੱਚ ਕਿਹੜਾ ਖਣਿਜ ਤੱਤ ਪਾਇਆ ਜਾਂਦਾ ਹੈ ਹਾਂਜੀ ਮੈਗਨੀਸ਼ੀਅਮ ਨਾਮ ਦਾ ਖਣਿਜ ਤੱਤ ਹੈ ਜਿਹੜਾ ਕਲੋਰੋਫਿਲ ਦੇ ਵਿੱਚ ਪਾਇਆ ਜਾਂਦਾ ਹੈ ਨੈਕਸਟ ਕੁਐਸ਼ਨ ਮਨੁੱਖੀ ਸਰੀਰ ਵਿੱਚ ਰੇਡੀਓਐਕਟੀਵਿਟੀ ਦਾ ਮੁੱਖ ਕਾਰਨ ਕਿਹੜਾ ਤੱਤ ਹੈ ਪੋਟਾਸ਼ੀਅਮ 40 ਨੈਕਸਟ ਵਰਸ਼ਨ ਜਰਮੇਨੀਅਮ ਇੱਕ ਅੰਤਿਸ਼ੁੱਧ ਧਾਤ ਨੂੰ ਕਿਸ ਢੰਗ ਨਾਲ ਸ਼ੁੱਧ ਕੀਤਾ ਜਾਂਦਾ ਹੈ ਜੋਨ ਰਿਫਾਈਨਿੰਗ ਦੇ ਨਾਲ ਨੈਕਸਟ ਵਾਰਸ਼ਨ ਟਿਊਬਲਾਈਟ ਦੇ ਅੰਦਰ ਕਿਹੜੀ ਗੈਸ ਭਰੀ ਜਾਂਦੀ ਹੈ ਹਾਂਜੀ ਟਿਊਬਲਾਈਟ ਦੇ ਅੰਦਰ ਆਰਗਨ ਦੀ ਗੈਸ ਭਰੀ ਜਾਂਦੀ ਆ ਐਸਿਟਿਕ ਐਸਿਡ ਦਾ ਇੱਕ ਜਲਮਈ ਘੋਲ ਹੈ ਸਿਰਕਾ ਕਿਹੜੇ ਵਿਟਾਮਿਨ ਪਾਣੀ ਵਿੱਚ ਘੁਲਣਸ਼ੀਲ ਹਨ ਵਿਟਾਮਿਨ ਬੀ ਕੰਪਲੈਕਸ ਅਤੇ ਵਿਟਾਮਿਨ ਸੀ ਇਹ ਪਾਣੀ ਦੇ ਵਿੱਚ ਘੁਲਣਸ਼ੀਲਾ ਠੀਕ ਹੈ ਬਰਫ਼ ਦੇ ਪਿਗਲਣ ਨੂੰ ਇਹਨਾਂ ਦੀ ਵਰਤੋਂ ਨਾਲ ਰੋਕਿਆ ਜਾ ਸਕਦਾ ਹੈ ਹਾਂਜੀ ਜੈਲੇਟਿਨ ਦੀ ਵਰਤੋਂ ਦੇ ਨਾਲ ਬਰਫ਼ ਦੇ ਪਿਗਲਣ ਨੂੰ ਰੋਕਿਆ ਜਾ ਸਕਦਾ ਹੈ ਮੱਕੀ ਦੇ ਡੰਗ ਵਿੱਚ ਕਿਹੜਾ ਐਸਿਡ ਹੁੰਦਾ ਹੈ ਹਾਂਜੀ ਮੱਕੀ ਦੇ ਡੰਗ ਦੇ ਵਿੱਚ ਮੈਥਨੋਇਕ ਐਸਿਡ ਹੁੰਦਾ ਇੱਕ ਸੰਤਰੇ ਦੇ ਵਿੱਚ ਕਿਹੜਾ ਐਸਿਡ ਵਰਤਿਆ ਜਾਂਦਾ ਵਾ ਜਾਂ ਕਿਹੜਾ ਐਸਿਡ ਹੁੰਦਾ ਸੰਤਰੇ ਦੇ ਵਿੱਚ ਸਿਟ੍ਰਿਕ ਐਸਿਡ ਨੈਕਸਟ ਕੁਐਸ਼ਨ ਡੈਂਸ ਦੀ ਮਦਦ ਨਾਲ ਕੱਚ ਦੀ ਐਂਟਿੰਗ ਕੀਤੀ ਜਾਂਦੀ ਹੈ ਹਾਂਜੀ ਹਾਈਡਰੋਫਲੋਰਿਕ ਐਸਿਡ ਦੀ ਮਦਦ ਦੇ ਨਾਲ ਕੱਚ ਦੀ ਐਂਟਿੰਗ ਕੀਤੀ ਜਾਂਦੀ ਹੈ ਸੌਫਟ ਡਰਿੰਕਸ ਹਾਂਜੀ ਸੌਫਟ ਡਰਿੰਕਸ ਵਿੱਚ ਕਿਹੜਾ ਐਸਿਡ ਵਰਤਿਆ ਜਾਂਦਾ ਹੈ ਕਾਰਬੋਨਿਕ ਐਸਿਡ ਬਨਸਪਤੀ ਕੀਏ ਨੂੰ ਕਿਸ ਉਤਪਰੇਰਕ ਦੀ ਮਦਦ ਨਾਲ ਸੰਸਲੇਸ਼ਿਤ ਕੀਤਾ ਜਾਂਦਾ ਹੈ ਹਾਂਜੀ ਬੰਸਪਤੀ ਕੀ ਨੂੰ ਨਿਕਲ ਉਤਪਰੇਰਕ ਦੀ ਮਦਦ ਦੇ ਨਾਲ ਸੰਸਲੇਸ਼ਿਤ ਕੀਤਾ ਜਾਂਦਾ ਹੈ ਸਿਗਰਟ ਲਾਈਟਰ ਵਿੱਚ ਗੈਸ ਹੁੰਦੀ ਹੈ ਹਾਂਜੀ ਸਿਗਰਟ ਲਾਈਟਰ ਦੇ ਵਿੱਚ ਬੂਟੇਨ ਨਾਮ ਦੀ ਗੈਸ ਹੁੰਦੀ ਆ ਨੈਕਸਟ ਵਰਸ਼ਨ ਆਗ ਬਚਾਉਣ ਲਈ ਕਿਹੜੀ ਗੈਸ ਵਰਤੀ ਜਾਂਦੀ ਹੈ ਕਾਰਬਨ ਡਾਈਆਕਸਾਈਡ ਡੈਂਸ਼ ਨੂੰ ਭਵਿਕ ਦੀ ਧਾਤੂ ਕਿਹਾ ਜਾਂਦਾ ਹੈ ਹਾਂਜੀ ਟਾਈਟੇਨੀਅਮ ਨੂੰ ਭਵਿਕ ਦੀ ਧਾਤੂ ਕਿਹਾ ਜਾਂਦਾ ਹੈ ਨੈਕਸਟ ਵਰਸ਼ਨ ਇੱਕੋ ਫੋਟੋ ਇਲੈਕਟ੍ਰਿਕ ਸੈੱਲ ਵਿੱਚ ਧਾਤ ਹੁੰਦੀ ਹੈ ਸੈਲੀਨੀਅਮ ਦੀ ਮਨੁੱਖੀ ਸਰੀਰ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਸਖਤ ਪਦਾਰਥ ਕਿਹੜਾ ਵਾ ਦੰਦਾਂ ਦਾ ਐਨਾਮਲ அயਨ ਆਕਸੀਜਨ ਦਾਇਕ ਡੈਸ਼ ਹੈ ਐਲੈਟ੍ਰੋਪੇ ਕਿਹੜੀ ਧਾਤੂ ਕੁਦਰਤੀ ਤੌਰ ਤੇ ਐਂਟੀ ਬੈਕਟੀਰੀਅਲ ਆ ਤਾਂਬਾ ਬਿੱਗ ਬੈਗ ਤੋਂ ਬਾਅਦ ਪੈਦਾ ਹੋਣ ਵਾਲਾ ਪਹਿਲਾ ਤੱਤ ਕਿਹੜਾ ਸੀ ਹਾਈਡਰੋਜਨ ਅਲਕੋਹਲ ਡਰਿੰਕ ਵਿੱਚ ਸ਼ਾਮਿਲ ਹੈ ਇਥਾਈਨ ਕੋਹਲ ਐਲਕੋਹਲ ਬੀ ਸੀ ਜੀ ਟਿਕਾకరణ ਜਾਨੀ ਕਿ ਬੈਸੀਲਸ ਕੈਲਮੇਟ ਗੁਆਇਰਿਨ ਇਸ ਤੋਂ ਛੂਟ ਦਿੰਦਾ ਹੈ ਕਿਹਦੇ ਤੋਂ ਛੂਟ ਦਿੰਦਾ ਵਾ ਹਾਂਜੀ ਬੀ ਸੀ ਜੀ ਦਾ ਟੀਕਾ ਕਿਹਦੇ ਕਰਨ ਲੱਗਦਾ ਵਾ ਟੀਵੀ ਦੀ ਬਿਮਾਰੀ ਤੋਂ ਬਚਾਉਂਦਾ ਵਾ ਠੀਕ ਹੈ ਟੀਵੀ ਦੀ ਬਿਮਾਰੀ ਜਿਹਨੂੰ ਹੋਵੇ ਉਹਨਾਂ ਨੂੰ ਇਹ ਟੀਕਾ ਲਗਾਇਆ ਜਾਂਦਾ ਬਲੱਡ ਗਰੁੱਪਾਂ ਦੀ ਖੋਜ ਕਿਸ ਤੋਂ ਆਰਾ ਕੀਤੀ ਗਈ ਸੀ ਕੋਰਲ ਲੈਂਡਸਟਰੀਸ ਨਰ ਦੁਆਰਾ ਭਾਰਤ ਵਿੱਚ ਪਹਿਲਾ ਸਫਲ ਦਿਲ ਟਰਾਂਸਪਲੈਂਟ ਕਿਸ ਦੁਆਰਾ ਕੀਤਾ ਗਿਆ ਸੀ ਹਾਂਜੀ ਭਾਰਤ ਦੇ ਵਿੱਚ ਪਹਿਲਾ ਸਫਲ ਦਿਲ ਟਰਾਂਸਪਲੈਂਟ ਡਾਕਟਰ ਪਨੰਗੀ ਪੱਲੀ ਵੈਨੂਗੋਪਾ ਦੇ ਦੁਆਰਾ ਕੀਤਾ ਗਿਆ ਸੀ ਡੀਐਨਏ ਦਾ ਅਰਥ ਕੀ ਹੈ ਹਾਂਜੀ ਡੀਐਨਏ ਦਾ ਅਰਥ ਹੈ ਡਿਊਕਸੀ ਰਿਬੋਨਿਊਕਲੀਕ ਐਸਿਡ ਡੀਆਕਸੀ ਰਿਬੋਨਿਊਕਲੀਕ ਸੌਰੀ ਡੀਆਕਸੀ ਰਿਬੋਨਿਊਕਲੀਕ ਐਸਿਡ ਕੁੱਤੇ ਦੇ ਕੱਟਣ ਨਾਲ ਰੈਬੀਜ਼ ਹੋ ਸਕਦਾ ਹੈ ਹੋਰ ਕਿਹੜੇ ਜਾਨਵਰ ਦੇ ਕੱਟਣ ਨਾਲ ਵੀ ਰੈਬੀਜ਼ ਰੈਬੀਜ਼ ਹੁੰਦਾ ਵਾ ਚਾਂਮ ਗਿੱਦੜ ਦੇ ਕੱਟਣ ਨਾਲ ਸਮਾਲ ਪੌਕਸ ਵੈਕਸੀਨ ਦੀ ਖੋਜ ਕਿਸ ਨੇ ਕੀਤੀ ਸੀ ਐਡਵਰਡ ਜੈਨਰ ਨੇ ਆਇਓਡਿਨ ਦੀ ਘਾਟ ਕਾਰਨ ਹੁੰਦਾ ਹੈ ਥਾਇਰੋਇਡ ਗਲੈਂਡ ਦਾ ਵਾਧਾ ਬਾਇਓ ਟੈਕਨੋਲੋਜੀ ਦੁਆਰਾ ਤਿਆਰ ਕੀਤੀ ਗਈ ਪਹਿਲੀ ਵੈਕਸੀਨ ਕਿਸ ਵਾਇਰਸ ਦੇ ਵਿਰੋਧ ਵਰਤੀ ਗਈ ਸੀ ਹੈਪੇਟਾਈਟਸ ਬੀ ਦੇ ਦੋ ਆ ਬਾਅਦ ਵਰਤੀ ਗਈ ਸੀ ਠੀਕ ਹੈ ਹੈਪੇਟਾਈਟਸ ਦੇ ਲਈ ਵਰਤੀ ਗਈ ਸੀ ਵਿਰੋਧ ਵਰਤੀ ਗਈ ਸੀ ਕਿਹੜੀ ਵੈਕਸੀਨ ਵਰਤੀ ਗਈ ਸੀ ਬਾਇਓ ਟੈਕਨੋਲੋਜੀ ਦੁਆਰਾ ਤਿਆਰ ਕੀਤੀ ਪਹਿਲੀ ਵੈਕਸੀਨ ਹਾਂਜੀ ਹੋਮਾਟੋਪਿਸ ਵਿੱਚ ਹੁੰਦਾ ਹੈ ਵਾਨ ਮੈਰੋ ਦੇ ਵਿੱਚ ਹੁੰਦਾ ਹੈ ਹੈਮਾਟੋਪੋਇਸਸ ਮਨੁੱਖੀ ਖੋਪੜੀ ਵਿੱਚ ਹੱਡੀਆਂ ਦੀ ਗਿਣਤੀ ਹੁੰਦੀ ਹੈ ਹਾਂਜੀ ਮਨੁੱਖੀ ਖੋਪੜੀ ਦੇ ਵਿੱਚ 22 ਹੱਡੀਆਂ ਹੁੰਦੀਆਂ ਨੇ ਮਾਸਪੇਸ਼ੀਆਂ ਵਿੱਚ ਕਿਹੜਾ ਐਸਿਡ ਦੇ ਜਮਾ ਹੋਣ ਨਾਲ ਮਨੁੱਖ ਵਿੱਚ ਥਕਾਵਟ ਦੀ ਭਾਵਨਾ ਪੈਦਾ ਹੁੰਦੀ ਆ ਲੈਕਟਿਕ ਐਸਿਡ ਜਮਾ ਹੋਣ ਦੇ ਨਾਲ ਮਨੁੱਖ ਦੇ ਵਿੱਚ ਥਕਾਵਟ ਦੀ ਭਾਵਨਾ ਪੈਦਾ ਹੁੰਦੀ ਆ ਖੂਨ ਵਿੱਚ ਆਰਬੀਸੀ ਦੀ ਗਿਣਤੀ ਉਦੋਂ ਵੱਧ ਜਾਂਦੀ ਹੈ ਜਦੋਂ ਕਿਸੇ ਵਿਅਕਤੀ ਨੂੰ ਪੋਲੀਥੀਸੀਮੀਆ ਹੁੰਦਾ ਹੈ ਹਾਂਜੀ ਪੌਦਿਆਂ ਵਿੱਚ ਲਾਲ ਨੀਲਾ ਤੇ ਜਾਮਨੀ ਰੰਗ ਰੰਗਦਾਰ ਹੋਣ ਕਰਕੇ ਹੁੰਦਾ ਹੈ ਕਿਹਦੇ ਕਾਰਨ ਹੁੰਦਾ ਵਾ ਐਥੋਸਾਈਨਿਨ ਦੇ ਕਾਰਨ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਨਿਯੰਤਰਿਤ ਕਰਨ ਵਾਲੇ ਹਾਰਮੋਨ ਦਾ ਨਾਮ ਕੀ ਹੈ ਇਨਸੂਲਿਨ ਬਨਸਪਤੀ ਕਿਉਂ ਬਣਾਉਣ ਲਈ ਵਰਤੀ ਜਾਂਦੀ ਗੈਸ ਦਾ ਨਾਮ ਹਾਈਡਰੋਜਨ ਹੈ ਠੀਕ ਹੈ ਮਨੁੱਖੀ ਸਰੀਰ ਵਿੱਚ ਸਭ ਤੋਂ ਵੱਡੀ ਗਲੈਂਡ ਕਿਹੜੀ ਹੈ ਜਿਗਰ ਗੁਰਦੇ ਦੇ ਸਭ ਤੋਂ ਛੋਟੀ ਕਾਰਜਕ ਸੀਲ ਇਕਾਈ ਆ ਨੇਫਰੋਨ ਜੇਮਸ ਡੀ ਵਾਟਸਨ ਇੱਕ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਕਿਸ ਦੇ ਖੇਤਰ ਵਿੱਚ ਮਾਹਿਰ ਸੀ ਹਾਂਜੀ ਜੇਮਸ ਡੀ ਵਾਟਸਨ ਇਹਨਾਂ ਨੂੰ ਨੋਬਲ ਪੁਰਸਕਾਰ ਵੀ ਮਿਲ ਚੁੱਕਿਆ ਹੈ ਵਿਗਿਆਨ ਦੇ ਖੇਤਰ ਵਿੱਚ ਤੇ ਜੈਨੇਟਿਕਸ ਦੇ ਵਿੱਚ ਮਾਹਿਰ ਸੀ ਪੋਲੀਓ ਕਿਸ ਕਾਰਨ ਹੁੰਦਾ ਹੈ ਹਾਂਜੀ ਵਾਇਰਸ ਕਾਰਨ ਐਨਰਜੀ ਪਿਰਾਮਿਡ ਵਿੱਚ ਊਰਜਾ ਦਾ ਪ੍ਰਵਾਹ ਹਮੇਸ਼ਾ ਕਿਸ ਦਿਸ਼ਾ ਵਿੱਚ ਹੁੰਦਾ ਹੈ ਉੱਪਰ ਵੱਲ ਲਾਰ ਪਾਚਣ ਵਿੱਚ ਮਦਦ ਕਰਦੀ ਹੈ ਹਾਂਜੀ ਲਾਰ ਪਾਚਣ ਦੇ ਵਿੱਚ ਮਦਦ ਕਰਦੀ ਹੈ ਸਟੋਰੇਜ ਲਿੰਗ ਨਿਰਧਾਰਿਤ ਟੈਸਟ ਲਈ ਕਿਹੜੇ ਮਾਤਾ ਪਿਤਾ ਦੇ ਕਰੋਮੋਸੋਮ ਦੀ ਵਰਤੋਂ ਕੀਤੀ ਜਾਂਦੀ ਹੈ ਪਿਤਾ ਦੇ ਖਾਣਾ ਪਕਾਉਣ ਲਈ ਵਰਤੀ ਜਾਣ ਵਾਲੀ ਬਾਇਓਗੈਸ ਕਿਸ ਦਾ ਮਿਸ਼ਰਣ ਹੈ ਮੀਥਨ ਅਤੇ ਕਾਰਬਨ ਡਾਈਆਕਸਾਈਡ ਦਾ ਕਿਹੜਾ ਹਵਾ ਪ੍ਰਦੂਸ਼ਕ ਸਭ ਤੋਂ ਗੰਭੀਰ ਸਿਹਤ ਖਤਰੇ ਦਾ ਕਾਰਨ ਬਣਦਾ ਹੈ ਸਲਫਰ ਡਾਈਆਕਸਾਈਡ ਮਲੇਰੀਆ ਵਿਰੋਧੀ ਦਵਾਈ ਵਿੱਚ ਕਿਹੜਾ ਮਿਸ਼ਰਣ ਵਰਤਿਆ ਜਾਂਦਾ ਹੈ ਹਾਂਜੀ ਮਲੇਰੀਆ ਵਿਰੋਧੀ ਦਵਾਈ ਦੇ ਵਿੱਚ ক্লোਰੋਕুইਨ ਮਿਸ਼ਰਣ ਵਰਤਿਆ ਜਾਂਦਾ ਹੈ। 9 ਜਨਮੇ ਬੱਚੇ ਨੂੰ ਟੀਕਾ ਲਗਾਇਆ ਜਾਣ ਵਾਲਾ ਪਹਿਲਾ ਟੀਕਾ ਕਿਹੜਾ ਹੈ? BCG ਦਾ। ਹਾਂਜੀ ਨੈਕਸਟ ਵਾਰਸ਼ਨ ਫੂਡ ਪాయిਜ਼ਨਿੰਗ ਕਿਸ ਕਾਰਨ ਹੁੰਦੀ ਹੈ? ক্লোਸ 3D 크로스 ਸੌਰੀ ক্লোਸ 3D ਬੋਟੁਲਿਨਮ ਦੇ ਕਾਰਨ ਹੁੰਦੀ ਹੈ ਠੀਕ ਹੈ ਫੂਡ ਪాయిਜ਼ਨਿੰਗ। ਮੌਖਿਕ ਗਰਭਨੇ ਨਿਰੋਧਕ ਵਜੋਂ ਕਿਹੜਾ ਹਾਰਮੋਨ ਵਰਤਿਆ ਜਾਂਦਾ ਹੈ? ਪ੍ਰੋਜੈਸਟਰੋਨ ਦਾ। ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬੀ ਅਤੇ ਸਭ ਤੋਂ ਵੱਡੀ ਹੱਡੀ ਕਿਹੜੀ ਹੈ? ਫੀਮਰ। ਹੀਮੋਗਲੋਬਿਨ ਵਿੱਚ ਕਿਹੜੀ ਧਾਤੂ ਮੌਜੂਦ ਹੁੰਦੀ ਹੈ? ਲੋਹਾ। ਮਨੁੱਖੀ ਜੀਨ ਵਿੱਚ ਪਾਏ ਜਾਣ ਵਾਲੇ ਕਰੋਮੋਸੋਮ ਦੀ ਕੁੱਲ ਗਿਣਤੀ ਕਿੰਨੀ ਆ? 46। ਮਨੁੱਖੀ ਖੂਨ ਦਾ ਪੀਐਚ ਮੁੱਲ ਕਿੰਨਾ ਹੁੰਦਾ? 7.4। ਹਾਂਜੀ ਆਫਟਰ ਪੁਆਇੰਟ 0 ਦਾ ਕੋਈ ਵੀ ਮੀਨਿੰਗ ਨਹੀਂ ਹੁੰਦਾ ਠੀਕ ਹੈ। ਪਾਣੀ ਦੇ ਤਣਾ ਦੀਆਂ ਸਥਿਤੀਆਂ ਵਿੱਚ ਵਧਣ ਵਾਲੇ ਪੌਦਿਆਂ ਨੂੰ ਕੀ ਕਿਹਾ ਜਾਂਦਾ ਹੈ ਜੀਰੋਫਾਈਟਸ ਪ੍ਰਕਾਸ਼ ਸੰਸਲੇਸ਼ਨ ਦੇ ਦੌਰਾਨ ਸੂਰਜੀ ਊਰਜਾ ਕਿਸ ਵਿੱਚ ਬਦਲ ਜਾਂਦੀ ਹੈ ਰਸਾਇਣਿਕ ਊਰਜਾ ਦੇ ਵਿੱਚ ਮਨੁੱਖੀ ਸਰੀਰ ਵਿੱਚ ਸਭ ਤੋਂ ਛੋਟੀ ਹੱਡੀ ਕਿਹੜੀ ਆ ਸਟੈਪੀਸੇ ਕੰਨ ਦੇ ਵਿੱਚ ਹੁੰਦੀ ਆ ਰੁੱਖਾਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ ਡੈਂਡਰੋਲੋਜੀ ਕੁਦਰਤੀ ਚੋਣ ਦਾ ਸਿਧਾਂਤ ਕਿਸ ਨੇ ਪੇਸ਼ ਕੀਤਾ ਡੈਂਡਰੋਲੋਜੀ ਨੇ ਪੇਸ਼ ਕੀਤਾ ਚਮੜੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਹ ਕੁਐਸਚਨ ਵਾਰਟੈਂਡ ਦੇ ਪੇਪਰ ਜਾਇਆ ਹੋਇਆ ਚਮੜੀ ਦੀ ਸਭ ਤੋਂ ਉਪਰੀ ਪਰਤ ਨੂੰ ਐਪੀਡਰਮਿਸ ਕਿਹਾ ਜਾਂਦਾ ਵਾ ਕਲੋਰੋਫਿਲ ਵਿੱਚ ਪਾਇਆ ਜਾਣ ਵਾਲਾ ਇਕਲੌਤਾ ਤੱਤ ਕਿਹੜਾ ਹੈ ਮੈਗਨੀਸ਼ੀਅਮ ਹਾਂਜੀ ਬਰਾਇੋਫਾਈਟਸ ਕੀ ਹਨ ਉਭਾਰ ਵਾਲੇ ਪੌਦੇ ਸੋਸਾਇਡਲ ਬੈਗਸ ਆਫ ਸੈਲ ਨੂੰ ਕਿਹਾ ਜਾਂਦਾ ਹੈ ਕਲੋਰੋਪਲਾਸਟ ਇੱਕ ਸਿਹਤਮੰਦ ਆਦਮੀ ਇੱਕ ਸਿਸਟੋਲਿਕ ਅਤੇ ਹਾਂਜੀ ਇੱਕ ਇੱਕ ਸਿਸਟੋਲਿਕ ਅਤੇ ਡਾਇਸਟੋਲਿਕ ਦਬਾਅ ਕੀ ਹੈ ਹਾਂਜੀ ਇੱਕ ਸਿਹਤਮੰਦ ਵਿਅਕਤੀ ਦੇ ਵਿੱਚ ਸਿਸਟੋਲਿਕ ਅਤੇ ਡਾਇਸਟੋਲਿਕ ਦਬਾਅ 120 mm ਅਤੇ 180 mm ਹੈ ਚਮੜੀ ਵਿਗਿਆਨ ਦਾ ਅਧਿਐਨ ਹੈ ਹਾਂਜੀ ਮਨੁੱਖੀ ਚਮੜੀ ਚੂਹੇ ਦੇ ਜ਼ਹਿਰ ਵਿੱਚ ਕਿਹੜਾ ਰਸਾਇਣ ਪਾਇਆ ਜਾਂਦਾ ਹੈ ਚਿੱਟਾ ਫਾਸਫੋਰਸ ਮਨੁੱਖੀ ਖੂਨ ਵਿੱਚ ਕੋਲੇਸਟ੍ਰੋਲ ਦਾ ਆਮ ਪੱਧਰ ਹੈ 180 ਤੋਂ 200 ਮਿਲੀਗ੍ਰਾਮ ਡੀਐਲ ਦਿਮਾਗੀ ਪ੍ਰਣਾਲੀ ਦੀ ਸਭ ਤੋਂ ਛੋਟੀ ਸਰਨਾਥ ਸੌਰੀ ਸਰਚਨਾਤਮਕ ਅਤੇ ਕਾਰਜਸ਼ੀਲ ਇਕਾਈਆਂ ਨਿਊਰਨ ਪ੍ਰੋਟੋਜ਼ੋਆ ਨੂੰ ਛੱਡ ਕੇ ਜਾਨਵਰਾਂ ਦੇ ਰਾਜ ਦੇ ਸਾਰੇ ਮੈਂਬਰਾਂ ਵਿੱਚ ਕਿਹੜਾ ਐਨਜ਼ਾਈਮ ਪਾਇਆ ਜਾਂਦਾ ਹੈ ਐਮਿਲੇਸ ਟਮਾਟਰ ਵਿੱਚ ਕਿਹੜਾ ਐਸਿਡ ਹੁੰਦਾ ਹੈ ਔਕਸੋਲਿਕ ਐਸਿਡ ਜਿਗਰ ਵਿੱਚ ਫਾਗੋ ਫਾਗੋਸਾਈਟਸ ਵਜੋਂ ਕੰਮ ਕਰਨ ਵਾਲੇ ਕਿਹੜੇ ਸੈੱਲ ਮੌਜੂਦ ਹੁੰਦੇ ਆ ਕੋਫਰ ਸੈੱਲ ਕਿਹੜੀ ਬਿਮਾਰੀ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ ਹਾਈ ਬਲੱਡ ਪ੍ਰੈਸ਼ਰ ਨੂੰ ਮਨੁੱਖੀ ਥੁੱਕ ਵਿੱਚ ਐਨਜ਼ਾਈਮ ਹੁੰਦਾ ਹੈ ਜਿਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਪਾਈ ਪਾਈਲਿੰ ਦੇ ਨਾਮ ਨਾਲ ਬੁਢਾਪੇ ਵਿੱਚ ਕਿਹੜੀ ਗਲੈਂਡ ਗਾਇਬ ਹੋ ਜਾਂਦੀ ਹੈ ਥਾਈਮਸ ਸਭ ਤੋਂ ਮਜ਼ਬੂਤ ਕੁਦਰਤੀ ਫਾਈਬਰ ਵਜੋਂ ਜਾਣਿਆ ਜਾਂਦਾ ਹੈ ਰੇਸ਼ਮ ਨੂੰ ਮਨੁੱਖੀ ਸਰੀਰ ਵਿੱਚ ਮਾਸਟਰ ਗਲੈਂਡ ਵਜੋਂ ਜਾਣੀ ਜਾਂਦੀ ਆ ਪਿਊ ਹਾਂਜੀ ਪਿਟਿਊਟਰੀ ਗਲੈਂਡ ਸੈਲ ਡਿਵੀਜ਼ਨ ਦੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਮਾਈਟੋਸਿਸ ਪੌਦੇ ਦੇ ਸਰੀਰ ਦਾ ਕਿਹੜਾ ਹਿੱਸਾ ਇਸ ਦੇ ਸਾਰੇ ਹਿੱਸਿਆਂ ਲਈ ਭੋਜਨ ਅਤੇ ਹੋਰ ਪਦਾਰਥਾਂ ਦੇ ਵਾਹਕਾਂ ਵਜੋਂ ਕੰਮ ਕਰਦਾ ਹੈ ਫਲੋ ਐਸ ਫਲੋਐਮ ਸੁਨਣ ਸ਼ਕਤੀ ਮਨੁੱਖੀ ਦਿਮਾਗ ਦੇ ਕਿਹੜੇ ਹਿੱਸੇ ਨਾਲ ਜੁੜੀ ਹੋਈ ਆ ਟੈਂਪੋਰਲ ਹਾਂਜੀ ਟੈਂਪੋਰਲ ਲੋਬ ਨਾਲ ਮਨੁੱਖੀ ਗੁਰਦਿਆਂ ਦੀ ਪਥਰੀ ਵਿੱਚ ਕਿਹੜਾ ਮੌਖਰ ਸਾਇਨਕ ਮਿਸ਼ਰਣ ਪਾਇਆ ਜਾਂਦਾ ਹੈ ਕੈਲਸ਼ੀਅਮ ਆਕਸਲੇਟ ਇਨਸੂਲਿਨ ਵਿੱਚ ਕਿਹੜੀ ਤਾਤਵਮਯ ਉਦ ਹੁੰਦੀ ਹੈ ਜ਼ਿੰਕ ਭਿਆਸ ਭੁੱਖ ਅਤੇ ਨੀਂਦ ਦਿਮਾਗ ਦੇ ਕਿਹੜੇ ਹਿੱਸੇ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਆ ਹਾਈਪੋਥੈਲਮਸ ਦੁਆਰਾ ਸ਼ਰਾਬ ਮਨੁੱਖੀ ਦਿਮਾਗ ਦੇ ਕਿਹੜੇ ਹਿੱਸੇ ਨੂੰ ਪ੍ਰਭਾਵਿਤ ਕਰਦੀ ਹੈ ਸੈਰੀਬੈਲਮ ਨੂੰ ਮਨੁੱਖੀ ਦਿਮਾਗ ਦਾ ਕਿਹੜਾ ਹੈ ਸਾਨੀਗਲਨ ਅਤੇ ਉਲਟੀਆਂ ਲਈ ਨਿਜਮਤ ਕੇਂਦਰ ਹੈ ਮੈਡੂਲਾ ਮੈਡੂਲਾ ਆਬਲੋਗਟ ਹਾਂਜੀ ਮੈਡੂਲਾ ਆਬਲੋਗਟਾ ਮਨੁੱਖੀ ਅੱਖ ਦਾ ਉਹ ਹਿੱਸਾ ਜੋ ਪ੍ਰਕਾਸ਼ ਦੀ ਮਾਤਰਾ ਨੂੰ ਨਿਯੰਤਰਿਤ ਕਰਦਾ ਹੈ ਆਇਰਸ ਹੱਡੀਆਂ ਵਿੱਚ ਕਿਹੜਾ ੂਣ ਸਭ ਤੋਂ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ ਕੈਲਸ਼ੀਅਮ ਫਾਸਫੇਟ ਕੈਂਸਰ ਦੀ ਜਾਂਚ ਲਈ ਵਰਤੇ ਜਾਣ ਵਾਲੇ ਟੈਸਟ ਦਾ ਨਾਮ ਕੀ ਆ ਬਾਇਓਪਸੀ ਟੈਸਟ ਖੂਨ ਦੇ ਜੰਮਣ ਨੂੰ ਸੁਧਾਰਨ ਲਈ ਕਿਹੜੇ ਵਿਟਾਮਿਨ ਦੇ 7 ਦੀ ਸਿਫਾਰਸ਼ ਕੀਤੀ ਜਾਂਦੀ ਆ ਵਿਟਾਮਿਨ ਕੇ ਦੀ ਖੂਨ ਸੰਚਾਰ ਬਾਰੇ ਪਹਿਲੀ ਵਾਰ ਕਿਸ ਨੇ ਸਮਝਾਇਆ ਵਿਲੀਅਮ ਹਰਾਵੇ ਨੇ ਸੌਰੀ ਵਿਲੀਅਮ ਹਾਰਬੇ ਨੇ ਅਲੈਗਜ਼ੈਂਡਰ ਫਲੇਮਿੰਗ ਨੇ ਕੋਜ ਕੀਤੀ ਹਾਂਜੀ ਕਿਸ ਦੀ ਕੋਜ ਕੀਤੀ ਪੈਨਸਿਲਿਨ ਦੀ ਪ੍ਰਯੋਗਸ਼ਾਲਾ ਵਿੱਚ ਮਨੁੱਖ ਦੁਆਰਾ ਬਣਾਈ ਗਈ ਪਹਿਲੀ ਜੀਨ ਪੈਦਾ ਕਰਨ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ ਡਾਕਟਰ ਹਰਬਿੰਦ ਖੁਰਾਣਾ ਨੂੰ ਜ਼ੀਰੋ ਫਥੈਲੀਮੀਆ ਵਿੱਚ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ ਹਾਂਜੀ ਜ਼ੀਰੋ ਫਲੇਥੀਮੀਆ ਕਿਸ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ ਵਿਟਾਮਿਨ ਏ ਦੀ ਕਮੀ ਕਾਰਨ ਹੁੰਦਾ ਹੈ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ